ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਦਾ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਵੱਖ ਵੱਖ ਮਸਲੇ, ਵੱਖ ਵੱਖ ਸਮੱਸਿਆਵਾਂ, ਵੱਖ ਵੱਖ ਮੁੱਦੇ, ਉਹ ਸਾਰਾ ਕੁਝ ਜਿਹੜਾ ਮੌਜੂਦਾ ਦੌਰ ਵਿੱਚ ਜਿਸ ਨੂੰ ਅਸੀਂ ਹੰਡਾਉਂਦੇ ਹਾਂ, ਜਿਹੜੀਆਂ ਅੱਜ ਦੀਆਂ ਖਬਰਾਂ ਹਨ, ਜਿਹੜੀਆਂ ਅੱਜ ਦੀਆਂ ਸੁਰਖੀਆਂ ਹਨ, ਉਹ ਮਿੰਟਾਂ ਸਕਿੰਟਾਂ ਵਿੱਚ ਹੀ ਪਲ ਬਦਲਦੇ ਸਾਰ ਹੀ ਉਹ ਇਤਿਹਾਸ ਦਾ ਵਰਖਾ ਬਣ ਜਾਂਦਾ ਹੈ। ਕੁਝ ਘਟਨਾਵਾਂ ਐਸੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਦੂਰ ਤੱਕ ਉਸ ਦਾ ਅਸਰ ਰਹਿੰਦਾ ਹੈ ਔਰ ਉਹ ਮਿਟਾਇਆ ਵੀ ਨਹੀਂ ਮਿਟਦਾ। ਸਮਾਜ ਚੇਤਨ ਸਮਾਜ ਲਈ, ਸੁਰੱਖਿਅਤ ਸਮਾਜ ਲਈ, ਸੁਚੱਜੇ ਸਮਾਜ ਲਈ ਜ਼ਰੂਰਤ ਹੈ ਕਿ ਉਹਨਾਂ ਸਾਰੀਆਂ ਘਟਨਾਵਾਂ ਨੂੰ, ਦੁਰਘਟਨਾਵਾਂ ਨੂੰ, ਉਹਨਾਂ ਸਾਰੇ ਮਸਲਿਆਂ ਨੂੰ ਬੜੀ ਇਮਾਨਦਾਰੀ ਦੇ ਨਾਲ ਅਸੀਂ ਵਾਚੀਏ ਔਰ ਆਉਣ ਵਾਲੇ ਸਮੇਂ ਲਈ ਕੁਛ ਨੀਤੀ ਤੈਅ ਕਰੀਏ ਕਿ ਇਹ ਮਕਸਦ ਕੀ ਹੈ। ਅੱਜ ਜਿਸ ਮਕਸਦ, ਜਿਸ ਮਸਲੇ ਦੇ ਉੱਤੇ ਅਸੀਂ ਗੱਲ ਕਰਾਂਗੇ, ਦਰਅਸਲ ਉਹ ਇੱਕ ਐਸਾ ਮਸਲਾ ਹੈ, ਇੱਕ ਐਸਾ ਨਾਸੂਰ ਬਣਦਾ ਜਾ ਰਿਹਾ ਹੈ, ਉਹ ਹੈ ਪਿਛਲੇ ਕਈ ਵਰ੍ਹਿਆਂ ਤੱਕ ਪੰਜਾਬ ਦੇ ਸੀਨੇ 'ਤੇ ਹੰਡਾਏ ਹੋਏ ਸੰਤਾਪ ਨੂੰ, ਉਸ ਦੇ ਬਾਰੇ ਬਣੀ ਹੋਈ ਫਿਲਮ ਸਾਡਾ ਹੱਕ, ਉਸ ਦੇ ਉੱਤੇ ਸਰਕਾਰ ਨੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਦਾ ਕੰਮ ਹੈ ਨਜ਼ਰਸਾਨੀ ਕਰਨੀ, ਕਾਨੂੰਨ ਵਿਵਸਥਾ ਨੂੰ ਜ਼ਰੂਰ ਮੱਦੇਨਜ਼ਰ ਰੱਖਣਾ ਔਰ ਉਸ ਦੇ ਮੁਤਾਬਕ ਕਾਰਵਾਈ ਕਰਨੀ, ਪਰ ਨਾਲ ਹੀ ਸਰਕਾਰ ਦਾ ਇਹ ਫਰਜ਼ ਹੈ, ਇਹ ਹੱਕ ਹੈ ਕਿ ਕਿਸੇ ਦੇ ਬੁਨਿਆਦੀ ਹੱਕ, ਕਿਸੇ ਦੇ ਬੋਲਣ ਦੀ ਆਜ਼ਾਦੀ, ਉਸ ਦੇ ਤੁਰਨ ਫਿਰਨ ਦੀ ਆਜ਼ਾਦੀ, ਉਸ ਦੇ ਆਪਣੀ ਗੱਲ ਲਿਖਣ ਦੀ ਆਜ਼ਾਦੀ, ਉਸ ਨੂੰ ਦਰਸਾਉਣ ਦੀ ਆਜ਼ਾਦੀ, ਉਹ ਖਿਆਲਾਂ ਦਾ ਇਜ਼ਹਾਰ ਕਰਨ ਦੀ ਆਜ਼ਾਦੀ, ਉਸ ਦੇ ਉੱਤੇ ਕੋਈ ਜ਼ੋਖ ਨਾ ਆਏ। ਕੇਵਲ ਉਸਨੂੰ ਇਸ ਬਿਨਾਹ ਦੇ ਉੱਤੇ, ਕੇਵਲ ਇਸ ਗੱਲ ਦੇ ਉੱਤੇ ਹੀ ਇਸ ਗੱਲ ਨੂੰ ਨਹੀਂ ਰੋਕਿਆ ਜਾ ਸਕਦਾ, ਕੇਵਲ ਇਸੇ ਗੱਲ ਦੇ ਉੱਤੇ, ਕੇਵਲ ਇਸ ਇੱਕ ਦਲੀਲ ਦੇ ਨਾਲ ਹੀ ਉਸ ਦੇ ਸਾਰੇ ਹੱਕਾਂ ਤੋਂ ਉਸਨੂੰ ਮਹਿਰੂਮ ਨਹੀਂ ਕੀਤਾ ਜਾ ਸਕਦਾ ਕਿ ਇਸ ਨਾਲ ਕਾਨੂੰਨ ਵਿਵਸਥਾ ਦੀ ਹਾਲਤ ਵਿਗੜ ਜਾਏਗੀ। ਅਸੀਂ ਇਸ ਦੇ ਉੱਤੇ ਗੱਲ ਕਰਾਂਗੇ, ਪਰ ਇੱਕ ਬੜੀ ਚੰਗੀ ਖਬਰ ਜਿਹੜੀ ਵਾਕਈ ਹੀ ਕੁਛ ਲੋਕ ਆਪਣੇ ਕਿਰਦਾਰ, ਆਪਣੇ ਇਖਲਾਕ ਦੇ ਨਾਲ ਉਹ ਬੜਾ ਕੁਛ ਕਰ ਜਾਂਦੇ ਹਨ, ਜਿਹੜੇ ਦੂਸਰਿਆਂ ਲਈ ਚਾਨਣ ਮੁਨਾਰਾ ਵੀ ਹੁੰਦੇ ਹਨ। ਸਾਡੀ ਮੁਰਾਦ ਹੈ ਅੱਜ ਇੱਕ ਐਸੇ ਜੱਜ ਦੀ, ਜਿਹੜੇ ਮਦਰਾਸ ਹਾਈ ਕੋਰਟ ਦੇ ਜੱਜ ਜਸਟਿਸ ਚੰਦਰੂ ਜਿਹੜੇ ਰਿਟਾਇਰ ਹੋਏ ਹਨ, ਉਹਨਾਂ ਨੇ 96,000 ਮੁਕੱਦਮੇ ਆਪਣੇ ਕਾਰਜਕਾਲ ਵਿੱਚ ਨਿਪਟਾਏ। ਉਹਨਾਂ ਨੇ ਕੋਈ ਵੀ ਫਾਈਲ ਪੈਂਡਿੰਗ ਨਹੀਂ ਰੱਖੀ ਔਰ ਇਸ ਤੋਂ ਇਲਾਵਾ ਉਹਨਾਂ ਨੇ ਬੜੀਆਂ ਲੈਂਡਮਾਰਕਸ ਜੱਜਮੈਂਟ ਵੀ ਦਿੱਤੀਆਂ ਔਰ ਜਿਹੜੀ ਚੀਜ਼ ਸੁਰਖੀਆਂ ਦਾ ਹਿੱਸਾ ਬਣੀ ਹੈ ਉਹ ਹੈ ਜਸਟਿਸ ਚੰਦਰੂ, ਜਿਸ ਦਿਨ ਰਿਟਾਇਰ ਹੋਣਾ ਸੀ ਉਹ ਸਵੇਰ ਵੇਲੇ ਕੋਰਟ ਆਏ ਔਰ ਉਹਨਾਂ ਨੇ ਆ ਕੇ ਇਹ ਆਦੇਸ਼ ਦਿੱਤਾ ਕਿ ਮੈਨੂੰ ਕਿਸੇ ਕਿਸਮ ਦੀ ਕੋਈ ਫੇਅਰਵੈਲ ਪਾਰਟੀ ਨਾ ਦਿੱਤੀ ਜਾਏ,
ਕੋਈ ਵਿਦਾਇਗੀ ਪਾਰਟੀ ਨਾ ਦਿੱਤੀ ਜਾਏ, ਕਿਸੇ ਕਿਸਮ ਦਾ ਕੋਈ ਫੰਕਸ਼ਨ ਨਾ ਕੀਤਾ ਜਾਏ। ਔਰ ਸਵੇਰ ਵੇਲੇ ਉਹਨਾਂ ਨੇ ਆਪਣੀ ਆਫੀਸ਼ੀਅਲ ਕਾਰ ਜਿਹੜੀ ਸੀ ਬਤੌਰੇ ਹਾਈ ਕੋਰਟ ਦੇ ਜੱਜ ਦੇ, ਉਹ ਉਹਨਾਂ ਨੇ ਰਜਿਸਟਰਾਰ ਨੂੰ ਸੌਂਪ ਦਿੱਤੀ। ਔਰ ਸ਼ਾਮ ਨੂੰ ਆਪਣੀ ਡਿਊਟੀ ਪੂਰੀ ਕਰਕੇ ਉਹ ਬਾਹਰ ਨਿਕਲੇ। ਔਰ ਜਿਹੜੀ ਲੋਕਲ ਮੈਟਰੋ ਟ੍ਰੇਨ ਸੀ, ਜਿਹੜੀ ਆਮ ਯਾਤਾਯਾਤ ਲਈ, ਆਮ ਨਾਗਰਿਕਾਂ ਲਈ ਜਿਹੜੀ ਗੱਡੀ ਸੀ, ਉਸ ਰੇਲ ਦੇ ਵਿੱਚ ਉਹ ਆਪਣੇ ਘਰ ਗਏ। ਇਹ ਇੱਕ ਬਹੁਤ ਇੱਕ ਐਸਾ ਆਦਰਸ਼ ਉਹਨਾਂ ਨੇ ਸਥਾਪਿਤ ਕੀਤਾ। ਔਰ ਨਾਲ ਹੀ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਹੁਣ ਨਾ ਤਾਂ ਉਹ ਵਕਾਲਤ ਕਰਨਗੇ, ਨਾ ਹੀ ਉਹ ਕਿਸੇ ਕਿਸਮ ਦੇ ਕੋਈ ਅਹੁਦਾ ਲੈਣਗੇ, ਔਰ ਨਾ ਹੀ ਕਿਸੇ ਕਿਸਮ ਦੀ ਹੋਰ ਨੌਕਰੀ ਦੀ ਭਾਲ ਕਰਨਗੇ। ਉਹਨਾਂ ਨੇ ਆਪਣੇ ਦਫ਼ਤਰ ਦੇ ਬਾਹਰ ਲਿਖ ਕੇ ਲਾਇਆ ਹੋਇਆ ਸੀ, ਮੈਂ ਕੋਈ ਦੇਵਤਾ ਨਹੀਂ ਹਾਂ ਕਿ ਤੁਸੀਂ ਮੈਨੂੰ ਫੁੱਲ ਅਰਪਣ ਕਰੋ, ਮੈਂ ਕੋਈ ਭਿਖਾਰੀ ਨਹੀਂ ਹਾਂ ਕਿ ਤੁਸੀਂ ਮੈਨੂੰ ਆ ਕੇ ਪੈਸੇ ਦਿਓ। ਸੋ ਐਸੇ ਵੀ ਜੱਜ, ਐਸੀਆਂ ਵੀ ਹਸਤੀਆਂ, ਐਸੇ ਵੀ ਸਰਕਾਰੀ ਅਫਸਰ ਅੱਜ ਦੇ ਤਾਰੀਖ ਵਿੱਚ ਵੀ ਹਨ ਜਿਹੜੇ ਆਮ ਸਮਾਜ ਲਈ ਔਰ ਦੂਸਰਿਆਂ ਲਈ ਬਹੁਤ ਵੱਡੀ ਪ੍ਰੇਰਣਾ ਦੇ ਸਰੋਤ ਬਣਦੇ ਹਨ। ਪਰ ਉਹਨਾਂ ਨੇ ਇਹ ਵੀ ਕਿਹਾ ਹੈ, ਜਸਟਿਸ ਚੰਦਰੂ ਨੇ, ਕਿ ਮੈਂ ਆ ਕੇ ਘਰ ਨਹੀਂ ਬੈਠਾਂਗਾ, ਮੈਂ ਲੋਕ ਸੇਵਾ ਕਰਾਂਗਾ, ਅਗਰ ਕਿਸੇ ਨੂੰ ਵੀ ਕੋਈ ਜ਼ਰੂਰਤ ਹੋਏਗੀ ਕਦੀ ਵੀ ਮੇਰੇ ਕੋਲ ਆ ਸਕਦਾ ਹੈ, ਮੈਂ ਉਹਨਾਂ ਦੇ ਨਾਲ ਪੂਰਾ ਰਾਬਤਾ ਰੱਖਾਂਗਾ, ਸਾਡੀ ਕੋਸ਼ਿਸ਼ ਹੋਏਗੀ, ਜੇ ਉਹਨਾਂ ਦੀ ਤਸਵੀਰ ਅਗਰ ਸਾਨੂੰ ਮਿਲ ਗਈ ਤਾਂ ਅਸੀਂ ਤੁਹਾਨੂੰ ਜਸਟਿਸ ਚੰਦਰੂ ਦੀ ਤਸਵੀਰ ਵੀ ਵਿਖਾਉਣਾ ਚਾਹਵਾਂਗੇ ਕਿ ਜਸਟਿਸ ਚੰਦਰੂ ਜਿਹੜੇ ਰਿਟਾਇਰ ਹੋਏ ਹਨ, ਉਹਨਾਂ ਨੇ ਇਸ ਕਿਸਮ ਦਾ ਇਹ ਆਪਣਾ ਕਾਰਜਕਾਲ ਨਿਭਾਇਆ ਹੈ। ਗੱਲ ਅਗਲੀ ਇੱਕ ਹੋਰ ਖਬਰ ਹੈ, ਸੁਪਰੀਮ ਕੋਰਟ ਦੇ ਕੋਲ ਇੱਕ ਹੋਰ ਮੁਕੱਦਮਾ ਪਹੁੰਚਿਆ ਹੈ। ਦਰਅਸਲ ਕਈ ਦਫ਼ਾ ਐਡਮਿਨਿਸਟ੍ਰੇਸ਼ਨ ਜਦੋਂ ਹਕੂਮਤ ਕੋਈ ਐਸੀਆਂ ਕੁਤਾਹੀਆਂ ਕਰਦੀ ਹੈ ਜਾਂ ਐਸੇ ਆਦੇਸ਼ ਜਾਰੀ ਕਰਦੀ ਹੈ, ਕਿਉਂਕਿ ਚਾਰ ਥੰਮ ਕਿਸੇ ਡੈਮੋਕ੍ਰੇਸੀ ਦੇ ਮੰਨੇ ਜਾਂਦੇ ਹਨ, ਸਭ ਤੋਂ ਪਹਿਲਾਂ ਤਾਂ ਲੈਜਿਸਲੇਚਰ ਹੈ, ਕਾਨੂੰਨ ਸਾਜ਼ ਅਸੈਂਬਲੀ ਜਿਹਨੂੰ ਕਹਿੰਦੇ ਹਨ, ਕਾਨੂੰਨ ਘੜਨ ਦੀ ਜਿਹੜੀ ਵਿਵਸਥਾ ਹੈ ਜਿਹਨੂੰ ਪਾਰਲੀਮੈਂਟ ਜਾਂ ਅਸੈਂਬਲੀ ਕਿਹਾ ਜਾਂਦਾ ਹੈ। ਪਹਿਲਾ ਅਦਾਰਾ ਉਹ ਹੈ, ਚਾਰ ਥੰਮ ਹਨ, ਕਾਨੂੰਨ ਘੜਨੀ ਵਿਵਸਥਾ, ਦੂਸਰੀ ਹੈ ਐਗਜ਼ੀਕਿਊਟਿਵ ਅਫਸਰਸ਼ਾਹੀ, ਜਿਨ੍ਹਾਂ ਨੇ ਉਸ ਬਣਾਏ ਹੋਏ ਕਾਨੂੰਨ ਨੂੰ, ਉਹਨਾਂ ਨਿਯਮਾਂ ਨੂੰ ਜਿਨ੍ਹਾਂ ਨੇ ਲਾਗੂ ਕਰਨਾ ਹੁੰਦਾ ਹੈ, ਇਹ ਦੂਸਰਾ ਅਹਿਮ ਅੰਗ ਹੁੰਦਾ ਹੈ ਕਿਸੇ ਵੀ ਸਮਾਜ ਦੀ ਵਿਵਸਥਾ ਦਾ। ਤੀਸਰਾ ਪ੍ਰੈਸ ਹੈ ਔਰ ਚੌਥਾ ਹੈ ਜੁਡੀਸ਼ਰੀ, ਅਦਾਲਤ, ਕਾਨੂੰਨ। ਜਿਸ ਤਰ੍ਹਾਂ ਦੀ ਹਾਲਤ ਕਾਨੂੰਨ ਵਿਵਸਥਾ ਦੀ, ਕਾਨੂੰਨ ਦੀ, ਕਾਨੂੰਨ ਬਣਾਉਣ ਵਾਲਿਆਂ ਦੀ ਔਰ ਕਾਨੂੰਨ ਨੂੰ ਲਾਗੂ ਕਰਨ ਵਾਲੀ ਐਡਮਿਨਿਸਟ੍ਰੇਸ਼ਨ ਦੀ ਜੋ ਹਾਲਤ ਹੈ ਔਰ ਜੋ ਪ੍ਰੈਸ ਦਾ ਉਸ ਦੇ ਉੱਤੇ ਰੱਦੇ ਅਮਲ ਹੈ, ਉਸ ਤੋਂ ਬਾਅਦ ਕਿਸੇ ਕੋਲ ਵੀ ਇੱਕ ਆਸ ਦੀ ਕਿਰਨ ਰਹਿ ਜਾਂਦੀ ਹੈ, ਉਹ ਹੈ ਅਦਾਲਤ ਜਾਂ ਜੁਡੀਸ਼ਰੀ। ਜੁਡੀਸ਼ਰੀ ਕਾਫੀ ਦਿਨਾਂ ਤੋਂ ਦੇਖਣ ਵਿੱਚ ਆਇਆ ਹੈ, ਕਾਫੀ ਪ੍ਰੋਐਕਟਿਵ ਹੋ ਕੇ, ਕਾਫੀ ਆਪਣੇ
ਉਸ ਚੀਜ਼ ਤੋਂ ਅੱਗੇ ਵੱਧ ਕੇ ਉਹ ਕੰਮ ਕਰ ਰਹੀ ਹੈ। ਸੋ ਹੁਣ ਸੁਪਰੀਮ ਕੋਰਟ ਦੇ ਕੋਲ ਇਹ ਮਾਮਲਾ ਆਇਆ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ, ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਆਪਣੀਆਂ ਅਫਸਰ ਜਾਂ ਹੋਰ ਸਰਕਾਰੀ ਅਹੁਦੇਦਾਰ ਜਾਂ ਰਾਜਨੀਤਿਕ ਬੰਦੇ ਲਾਲ ਬੱਤੀਆਂ ਆਪਣੀ ਗੱਡੀ ਦੇ ਉੱਤੇ ਲਗਾਉਂਦੇ ਹਨ। ਸੁਪਰੀਮ ਕੋਰਟ ਨੇ ਇਸ ਦਾ ਸਖਤ ਨੋਟਿਸ ਲਿਆ ਹੈ ਔਰ ਕਾਨੂੰਨ ਦੇ ਮੁਤਾਬਕ ਅਗਰ ਇਹ ਲਾਗੂ ਹੋ ਜਾਂਦਾ ਹੈ, ਉਮੀਦ ਹੈ ਇਸ ਦਾ ਫੈਸਲਾ ਛੇਤੀ ਆਏਗਾ, ਫਿਰ ਲਾਲ ਬੱਤੀਆਂ ਵਾਲੀ ਗੱਡੀ ਘੱਟ ਹੀ ਨਜ਼ਰ ਆਏਗੀ ਔਰ ਜੇ ਕੋ ਆਏਗੀ ਫਿਰ ਉਸਦਾ ਰੋਬਦਾਬ ਵੀ ਉਹੀ ਹੋਏਗਾ ਜਿਸ ਮਕਸਦ ਲਈ ਇਹ ਉਹਨਾਂ ਨੂੰ ਇਜਾਜ਼ਤ ਦਿੱਤੀ ਗਈ ਸੀ। ਹੁਣ ਤਾਂ ਲਾਲ ਬੱਤੀ ਦਾ ਹਾਲ ਇਹ ਹੋ ਗਿਆ ਹੈ ਕਿ ਹੋਰ ਤਾਂ ਹੋਰ ਹਰ ਕੋਈ ਸਮਾਜਿਕ ਜਿਹੜਾ ਕਾਰਜਕਰਤਾ ਹੈ ਉਹ ਵੀ ਆਪਣੀ ਗੱਡੀ 'ਤੇ, ਜਾਂ ਹੋਰ ਤਾਂ ਹੋਰ ਕਿ ਧਾਰਮਿਕ ਵਿਅਕਤੀ ਵੀ ਆਪਣੀਆਂ ਗੱਡੀਆਂ ਦੇ ਉੱਤੇ ਲਾਲ ਬੱਤੀਆਂ ਲਗਾ ਕੇ ਉਹ ਘੁੰਮਦੇ ਹਨ। ਇਹ ਦੂਸਰਾ ਜਿਹੜਾ ਮਸਲਾ ਸੀ ਜਿਸ ਨੂੰ ਕਿ ਛੋਟੀਆਂ ਸੁਰਖੀਆਂ ਦੇ ਵਿੱਚ ਜਿਹੜਾ ਇਹ ਸਾਡੇ ਸਾਹਮਣੇ ਆਇਆ ਹੈ। ਰਹਿ ਗਈ ਗੱਲ ਅਸੀਂ ਜਿਸ ਮੇਨ ਮਕਸਦ ਲਈ ਜਿਸ ਦੇ ਉੱਤੇ ਅਸੀਂ ਗੱਲ ਕਰਨੀ ਚਾਹਵਾਂਗੇ ਤੁਹਾਡੇ ਨਾਲ, ਤੁਹਾਡੇ ਵਿਚਾਰ ਵੀ ਲਵਾਂਗੇ ਕਿ ਫਿਲਮ ਦੇ ਉੱਤੇ ਸਾਡਾ ਹੱਕ ਜਿਹੜੀ ਇੱਕ ਸੱਚ ਨੂੰ ਦਰਸਾਉਂਦੀ ਜਾਂ ਸੱਚ ਦੇ ਨੇੜੇ ਤੇੜੇ ਦਰਸਾਉਣ ਦਾ ਦਾਅਵਾ ਕਰਦੀ ਫਿਲਮ ਜਿਹੜੀ ਕੁਲਜਿੰਦਰ ਸਿੰਘ ਸਿੱਧੂ ਔਰ ਉਹਨਾਂ ਦੀ ਟੀਮ ਨੇ ਬਣਾਈ, ਜਿਨ੍ਹਾਂ ਵਿੱਚ ਵੱਖ ਵੱਖ ਫਿਰਕਿਆਂ ਦੇ ਲੋਕ, ਉਹਨਾਂ ਨੂੰ ਸੰਬੰਧ ਰੱਖਣ ਵਾਲੇ ਸ਼ਾਮਿਲ ਸਨ। ਔਰ ਉਸ ਤੋਂ ਪਹਿਲਾਂ, ਇਹ ਫਿਲਮ ਬਣਾਉਣ ਤੋਂ ਪਹਿਲਾਂ ਕੇਵਲ ਉਹਨਾਂ ਨੇ ਫਿਲਮ ਬਣਾ ਹੀ ਨਹੀਂ ਦਿੱਤੀ ਬਲਕਿ ਚਾਰ ਵਕੀਲਾਂ ਦੀ ਟੀਮ ਨੂੰ ਵੀ ਉਹਨਾਂ ਨੇ ਸੰਪਰਕ ਕੀਤਾ, ਉਹਨਾਂ ਦੇ ਨਾਲ ਉਹਨਾਂ ਨੇ ਰਾਬਤਾ ਰੱਖਿਆ। ਜਿਹੜੇ ਵੀ ਦ੍ਰਿਸ਼ ਉਹਨਾਂ ਨੇ ਜਿਹੜੇ ਤੱਥਾਂ ਦੇ ਉੱਤੇ ਆਧਾਰਿਤ ਸਨ ਉਹ ਸਾਰੀਆਂ ਕੋਰਟ ਦੀਆਂ, ਅਦਾਲਤ ਦੀਆਂ ਜੱਜਮੈਂਟਸ, ਅਦਾਲਤ ਦੇ ਫੈਸਲੇ ਉਹ ਸਾਰੇ ਉਹਨਾਂ ਨੇ ਚੰਗੀ ਤਰ੍ਹਾਂ ਵਾਚੇ। ਵਕੀਲਾਂ ਦੀ ਉਸ ਟੀਮ ਨੇ ਉਹਨਾਂ ਫੈਸਲਿਆਂ ਨੂੰ ਕੋਖਣ ਦੇ ਬਾਅਦ ਜਦੋਂ ਉਹਨਾਂ ਨੂੰ ਹਰੀ ਬੱਤੀ ਦਿੱਤੀ, ਗ੍ਰੀਨ ਸਿਗਨਲ ਦਿੱਤਾ ਕਿ ਇਸ ਦੇ ਵਿੱਚ ਕਾਨੂੰਨ ਦੀ ਉਲੰਘਣਾ ਜਾਂ ਕਿਸੇ ਵੀ ਨਿਯਮ ਦੀ ਉਲੰਘਣਾ ਕਰਦਿਆਂ ਹੋਇਆਂ ਕੋਈ ਵੀ ਐਸੀ ਗੱਲ ਨਹੀਂ ਹੈ। ਔਰ ਸਭ ਤੋਂ ਵੱਡੀ ਗੱਲ ਜੋ ਉਸ ਫਿਲਮ ਦੇ ਵਿੱਚ ਜੋ ਸੀ, ਇਸ ਗੱਲ ਦਾ ਉਹਨਾਂ ਨੇ ਉਚੇਚਾ ਧਿਆਨ ਰੱਖਿਆ ਕਿ ਉਹ ਕਿਸੇ ਦੂਸਰੇ ਫਿਰਕੇ ਦੇ ਜਾਂ ਕਿਸੇ ਫਿਰਕੇ ਦੇ ਵਿਰੋਧ ਵਿੱਚ ਨਾ ਹੋਵੇ। ਅੱਤਵਾਦ ਦੀ ਗੱਲ ਉਹਨਾਂ ਨੇ ਜ਼ਰੂਰ ਕੀਤੀ, ਪੁਲਿਸ ਮੁਕਾਬਲਿਆਂ ਦੀ ਗੱਲ ਕੀਤੀ, ਅੱਤਵਾਦੀਆਂ ਦੇ ਨਾਮ ਥੱਲੇ ਹੋਏ ਬੇਗੁਨਾਹ ਲੋਕਾਂ ਦੇ ਕਤਲਾਂ ਦੀ ਗੱਲ ਕੀਤੀ। ਜੋ ਕੁਛ ਪੰਜਾਬ ਦੇ ਵਿੱਚ ਵਾਪਰਿਆ ਉਸ ਨੂੰ ਦਰਸਾਇਆ ਗਿਆ। ਔਰ ਜਿਸ ਵੇਲੇ ਇਹ ਫਿਲਮ ਪ੍ਰੋਸੈਸ ਵਿੱਚ ਸੀ ਉਸ ਵੇਲੇ ਸੈਂਸਰ ਬੋਰਡ ਜਿਹੜੀ ਅਥਾਰਿਟੀ ਹੈ, ਜਿਸ ਨੇ ਇਸ ਦੀ ਪ੍ਰਵਾਨਗੀ ਜਾਂ ਮਨਜ਼ੂਰੀ ਦੇਣੀ ਹੈ ਜਾਂ ਇਸ ਨੂੰ ਮਨਜ਼ੂਰੀ ਨਹੀਂ ਦੇਣੀ ਹੈ, ਰੱਦ ਕਰਨਾ ਹੈ, ਉਹਨਾਂ ਦੇ ਕੋਲ ਜਦੋਂ ਇਹ ਫਿਲਮ ਪਹੁੰਚੀ ਉਹਨਾਂ ਨੇ ਦੇਖਦੇ ਸਾਰ ਹੀ ਇਸ ਨੂੰ ਰੱਦ ਕਰ ਦਿੱਤਾ ਕਿ ਇਹ ਫਿਲਮ ਨਹੀਂ ਦਿਖਾਈ ਜਾ ਸਕਦੀ ਕਿਉਂਕਿ ਇਹ ਉਸ ਵੇਲੇ ਦੀ ਸਰਕਾਰ ਦੀਆਂ ਨੀਤੀਆਂ ਦੇ, ਸਰਕਾਰ ਦੀ ਪਾਲਿਸੀਜ਼ ਦੇ ਇਹ ਵਿਰੋਧ ਵਿੱਚ ਹੈ। ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜੀ ਫਿਲਮ ਹੈ ਇਹ ਪੁਲਿਸ ਅਫਸਰਾਂ ਦੇ ਜਾਂ ਕੁਛ ਜਿਹੜੀਆਂ ਫੋਰਸਿਸ ਹਨ
ਉਹਨਾਂ ਵੱਲੋਂ ਕੀਤੇ ਹੋਏ ਕੰਮਾਂ ਦੇ ਉੱਤੇ ਇਹ ਉਟੰਕਣ ਕਰਦੀ ਹੈ, ਉਹਨਾਂ ਦੇ ਉੱਤੇ ਸਵਾਲੀਆ ਚਿੰਨ੍ਹ ਖੜਾ ਕਰਦੀ ਹੈ। ਤੀਸਰੀ ਗੱਲ, ਉਸ ਸੈਂਸਰ ਬੋਰਡ ਨੇ ਇਹ ਕਹੀ ਕਿ ਇਸ ਦੇ ਵਿੱਚ ਰਾਜ ਕਰੇਗਾ ਖਾਲਸਾ ਲਫ਼ਜ਼ ਵਰਤਿਆ ਗਿਆ ਹੈ, ਜਿਸ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇੱਕ ਲਫ਼ਜ਼ ਹੋਰ ਕਿਹਾ ਗਿਆ ਇਸ ਦੇ ਵਿੱਚ, ਉਹ ਲਫ਼ਜ਼ ਹੈ ਚੂੰਕਾਰ ਆਜ਼ਾਮਾ ਹੀਲ ਤੇ ਦਰਗੁਜ਼ਸ਼ਤ ਹਲਾਲ ਅਸਤਬੁਰਦਨ ਬਸ਼ਮਸ਼ੀਰੇ ਦਸਤ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜ਼ਫ਼ਰਨਾਮੇ ਦੇ ਉਹ ਮੁਬਾਰਕ ਲਫ਼ਜ਼ ਇਸ ਫਿਲਮ ਦੇ ਵਿੱਚ ਦਰਸਾਏ ਗਏ ਹਨ, ਜਿਹੜੇ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ, ਇਹ ਭੜਕਾਊ ਹਨ। ਖੈਰ, ਜਦੋਂ ਉਹਨਾਂ ਨੇ ਅਪੀਲ ਕੀਤੀ ਤਾਂ ਉਸ ਦੇ ਬਾਅਦ ਸੈਂਸਰ ਬੋਰਡ ਵੱਲੋਂ ਜਿਹੜੀ ਉਹਨਾਂ ਨੂੰ ਤਾਰੀਖ ਦਿੱਤੀ ਗਈ, ਉਹ ਐਸਾ ਸਮਾਂ ਦਿੱਤਾ ਜਿਸ ਵਿੱਚ ਇਹ ਹਾਜ਼ਰ ਵੀ ਨਹੀਂ ਸਨ ਹੋ ਸਕਦੇ। ਇਹਨਾਂ ਦੀ ਫਿਲਮ ਨਾਮਨਜ਼ੂਰ ਹੋ ਗਈ। ਫਿਰ ਇਹਨਾਂ ਨੇ ਟੀਮ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਰਾਬਤਾ ਕਾਇਮ ਕੀਤਾ, ਉਹਨਾਂ ਦੇ ਨਾਲ ਸੰਪਰਕ ਕੀਤਾ, ਉਹਨਾਂ ਨੇ ਉਹ ਸਾਰੀ ਫਿਲਮ ਵੇਖੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੇ ਉਹ ਫਿਲਮ ਦੇਖਣ ਤੋਂ ਬਾਅਦ ਉਹਨਾਂ ਦੀ ਪੂਰੀ ਤਸੱਲੀ ਹੋਈ ਕਿ ਇਸ ਵਿੱਚ ਕੋਈ ਐਸੀ ਗੱਲਬਾਤ ਨਹੀਂ ਹੈ ਜਿਸ ਨੂੰ ਅਸੀਂ ਇਤਰਾਜ਼ਯੋਗ ਗੱਲ ਕਹਿ ਸਕਦੇ ਹਾਂ। ਔਰ ਉਸ ਦੇ ਬਾਅਦ ਉਹਨਾਂ ਨੇ ਸੈਂਸਰ ਬੋਰਡ ਨੂੰ ਵੀ ਲਿਖਿਆ, ਸੈਂਸਰ ਬੋਰਡ ਨਾਲ ਵੀ ਗੱਲ ਕੀਤੀ। ਸੈਂਸਰ ਬੋਰਡ ਨੇ ਦੁਬਾਰਾ ਜਿਹੜੇ ਉਹਨਾਂ ਦੇ ਮੁਖੀ ਲਲਿਤ ਭਸੀਨ, ਜਿਹੜੇ ਖੁਦ ਵਕੀਲ ਹਨ, ਉਹਨਾਂ ਨੇ ਸਾਰੇ ਉਹ ਦੇਖ ਕੇ ਜਿਹੜੇ ਤੱਤ ਸਨ ਉਹਨਾਂ ਨੂੰ ਵਾਚਿਆ, ਔਰ ਉਹਨਾਂ ਨੇ ਕਿਹਾ ਕਿ ਇਸ ਵਿੱਚ ਕੋਈ ਇਤਰਾਜ਼ਯੋਗ ਗੱਲ ਨਹੀਂ ਹੈ, ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਹੈ। ਜਦੋਂ ਮਨਜ਼ੂਰੀ ਮਿਲ ਗਈ, ਜਿਸ ਦਿਨ ਇਹ ਫਿਲਮ ਨਸ਼ਰ ਹੋਣੀ ਸੀ, ਰਿਲੀਜ਼ ਹੋਣੀ ਸੀ, ਸਾਰੇ ਸੰਸਾਰ ਦੇ ਵਿੱਚ ਇੱਕੋ ਤਾਰੀਖ ਨੂੰ ਇਸ ਨੂੰ ਨਸ਼ਰ ਕਰਨ ਦੀ ਇੱਕ ਮਿਤੀ ਮਿੱਥੀ ਗਈ, ਔਰ ਟੀਮ ਦੇ ਨਿਰਮਾਤਾ ਬੜੇ ਤਸੱਲੀ ਵਿੱਚ ਸਨ ਕਿ ਆਖਰ ਉਹਨਾਂ ਦੀ ਇਹ ਸਾਰੀ ਮਿਹਨਤ ਜਿਹੜੀ ਹੈ ਉਹ ਰੰਗ ਲਿਆਏਗੀ। ਪਰ ਇਸ ਦੌਰਾਨ ਕੁਛ ਐਸੀਆਂ ਸੰਸਥਾਵਾਂ ਪੁਲਿਸ ਵੱਲੋਂ ਨਹੀਂ ਜਾਂ ਹੋਰ ਕਿਸੇ ਵੱਲੋਂ ਨਹੀਂ, ਬਲਕਿ ਕੁਛ ਸ਼ਿਵ ਸੈਨਾ ਨਾਂ ਦੇ ਸੰਗਠਨ ਜਾਂ ਸਰਦਾਰ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਵੱਲੋਂ ਅਤੇ ਇਸ ਤਰ੍ਹਾਂ ਦੀਆਂ ਕੁਛ ਭਾਰਤੀ ਜਨਤਾ ਪਾਰਟੀ ਦੇ ਬਲਰਾਮਜੀ ਦਾਸ ਟੰਡਨ ਅਤੇ ਇੱਕਾ ਦੁੱਕਾ ਹੋਰ ਅਨਸਰਾਂ ਵੱਲੋਂ, ਉਹਨਾਂ ਵਿਅਕਤੀਆਂ ਵੱਲੋਂ ਇਤਰਾਜ਼ ਕੀਤਾ ਗਿਆ ਕਿ ਇਹ ਫਿਲਮ ਗਲਤ ਹੈ। ਔਰ ਇੱਕ ਇਤਰਾਜ਼ ਹੋਰ ਕੀਤਾ ਗਿਆ ਕਿ ਇਸ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਕੁਛ ਵਿਅਕਤੀਆਂ ਦੀ ਤੁਲਨਾ ਕੀਤੀ ਗਈ ਹੈ। ਸੋ ਫਿਲਮ ਦੇ ਬਣਾਉਣ ਵਾਲਿਆਂ ਦਾ ਇਹ ਕਹਿਣਾ ਸੀ ਕਿ ਇਹ ਬਿਲਕੁਲ ਕੋਈ ਉਹਨਾਂ ਦੀ ਤੁਲਨਾ ਨਹੀਂ, ਬਲਕਿ ਇਹ ਕਿਹਾ ਗਿਆ ਹੈ ਕਿ ਆਪਣੇ ਵਕਤ ਦੇ ਅਨੁਸਾਰ ਉਹ ਵੀ ਸਰਕਾਰ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਨਹੀਂ ਸਨ, ਭਾਵੇਂ ਉਸ ਦੌਰ ਦੇ ਹੋਣ, ਭਾਵੇਂ ਅੱਜ ਦੇ ਦੌਰ ਦੇ ਹੋਣ। ਪਰ ਹੈਰਾਨੀ ਦੀ ਗੱਲ ਇਹ ਹੋਈ ਕਿ ਜਿਸ ਦਿਨ ਇਹ ਰਿਲੀਜ਼ ਹੋਣੀ ਸੀ, ਆਮ ਸਿਨੇਮਾ ਘਰਾਂ ਦੇ ਵਿੱਚ ਜਿਸ ਵੇਲੇ ਜਾਣੀ ਸੀ, ਰਾਤੋ ਰਾਤ ਪੁਲਿਸ ਵੱਲੋਂ ਇਸ ਦੀ ਕਾਰਵਾਈ ਕੀਤੀ ਗਈ, ਔਰ ਇੱਕ ਰੈੱਡ ਸਿਗਨਲ ਦੇ ਕੇ, ਇੱਕ ਇਸ ਦੇ ਉੱਤੇ ਲਾਲ ਬੱਤੀ ਦਿਖਾ ਕੇ ਇਸ ਫਿਲਮ ਦੇ ਪ੍ਰਸਾਰਣ ਨਸ਼ਰ ਕਰਨ ਦੇ ਉੱਤੇ ਪੰਜਾਬ ਵਿੱਚ, ਹਰਿਆਣੇ ਵਿੱਚ, ਦਿੱਲੀ ਵਿੱਚ ਔਰ
ਜੰਮੂ ਕਸ਼ਮੀਰ ਦੇ ਵਿੱਚ ਰੋਕ ਲਗਾ ਦਿੱਤੀ ਗਈ। ਅਸੀਂ ਇੱਕ ਵਕਫੇ ਦੇ ਬਾਅਦ ਹਾਜ਼ਰ ਹੋਵਾਂਗੇ ਔਰ ਇਸ ਦੇ ਬਾਰੇ ਤੁਹਾਡੇ ਵਿਚਾਰ ਵੀ ਲਵਾਂਗੇ। ਨਹੀਂ ਮਿਲ ਰਿਹਾ? ਮਿਲ ਗਿਆ? ਓਹੋ, ਤਾਂ ਫਿਰ ਇਹ ਮੈਂ ਤੁਸੀਂ ਦੱਸਿਆ ਨਹੀਂ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਅਤੇ ਸੁਚੇਤ ਸਰੋਤਿਆਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਅਸੀਂ ਉਸ ਦੌਰ ਦੇ ਵਿੱਚੋਂ ਲੰਘ ਰਹੇ ਹਾਂ ਜਿਸ ਵਿੱਚ ਇਤਿਹਾਸ ਦੀ ਸਿਰਜਣਾ ਹੋ ਰਹੀ ਹੈ। ਦਰਅਸਲ ਇਤਿਹਾਸ ਲਗਾਤਾਰ ਸਿਰਜਿਆ ਜਾਂਦਾ ਹੈ, ਕਈ ਵਾਰ ਸਾਨੂੰ ਪਤਾ ਵੀ ਨਹੀਂ ਲੱਗਦਾ ਔਰ ਅਸੀਂ ਕਾਫੀ ਅੱਗੇ ਲੰਘ ਜਾਂਦੇ ਹਾਂ ਜਾਂ ਫਿਰ ਇਹ ਕਹਿ ਲਿਆ ਜਾਏ ਕਿ ਬਹੁਤ ਪਿੱਛੇ ਰਹਿ ਜਾਂਦੇ ਹਾਂ। ਇਸੇ ਕਰਕੇ ਇੱਕ ਚੇਤਾਵਨੀ ਵੀ ਗੁਰੂ ਸਾਹਿਬ ਨੇ ਦਿੱਤੀ ਹੈ, ਅੱਗੇ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ। ਜੇਕਰ ਲੰਮੀ ਨਜ਼ਰ ਨਿਹਾਲੀਏ ਦੇ ਨਾਲ ਅਸੀਂ ਕਿਸੇ ਚੀਜ਼ ਨੂੰ ਵੇਖਣ ਦਾ ਪੜਚੋਲਣ ਦਾ ਅਸੀਂ ਕੋਸ਼ਿਸ਼ ਪ੍ਰਯਾਸ ਕਰਾਂਗੇ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਬਹੁਤ ਲਾਹੇਵੰਦ ਹੋਏਗਾ। ਸਾਡਾ ਹੱਕ ਉਹ ਫਿਲਮ ਜਿਹੜੀ ਪੂਰੀ ਤਰ੍ਹਾਂ ਹੁਣ ਵਿਵਾਦਿਤ ਫਿਲਮ ਦਾ ਜਿਸ ਨੂੰ ਲਕਬ ਮਿਲ ਚੁੱਕਾ ਹੈ ਭਾਵੇਂ ਜਾਣੇ ਜਾਂ ਅਣਜਾਣੇ ਵਿੱਚ, ਪਰ ਉਹ ਹੁਣ ਇੱਕ ਵਿਵਾਦਿਤ ਫਿਲਮ ਕਰਕੇ ਜਾਣੀ ਜਾਂਦੀ ਹੈ ਕਿਉਂਕਿ ਜਿਸ ਨੂੰ ਵਿਵਾਦਾਂ ਨੇ ਘੇਰ ਲਿਆ, ਜਿਸ ਨੂੰ ਦਰਸਾਉਣ ਦੀ ਆਜ਼ਾਦੀ ਨਹੀਂ ਹੈ, ਉਸਦੇ ਬਾਰੇ ਉਸਦੇ ਨਿਰਮਾਤਾ ਨਿਰਦੇਸ਼ਕ ਔਰ ਜਿਹੜੇ ਮੁੱਖ ਰੋਲ ਹੈ ਸਾ ਕੁਲਜਿੰਦਰ ਸਿੰਘ ਸਿੱਧੂ ਸਾਡੇ ਨਾਲ ਲਾਈਨ ਦੇ ਉੱਤੇ ਜੁੜ ਚੁੱਕੇ ਹਨ। ਉਹਨਾਂ ਦੇ ਨਾਲ ਹੀ ਤੁਹਾਡੀ ਗੱਲਬਾਤ ਕਰਾਂਗੇ, ਤੁਹਾਡੇ ਰੂਬਰੂ ਕਰਾਂਗੇ। ਸਰ ਕੁਲਜਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਕੁਲਜਿੰਦਰ ਜੀ, ਗੈਟ ਪੰਜਾਬੀ ਦੇ ਦਰਸ਼ਕਾਂ ਦੇ ਅਮਰੀਕਾ ਔਰ ਕੈਨੇਡਾ ਵਿੱਚ ਰੂਬਰੂ ਹੋਣ ਲਈ ਤੁਹਾਡਾ ਨਿੱਘਾ ਸਵਾਗਤ ਹੈ। ਇਹ ਫਿਲਮ ਜੀ, ਇਸ ਫਿਲਮ ਦੇ ਬਾਰੇ ਬੜੀ ਛੋਟੀ ਜਿਹੀ ਇੱਕ ਗੱਲ ਹੈ ਕਿ ਹੁਣ ਪਹਿਲਾ ਸਵਾਲ ਹੈ ਕਿ ਹੁਣ ਅਸੀਂ ਕਿੱਥੇ ਖੜ੍ਹੇ ਹਾਂ, ਤੁਹਾਡਾ ਇਸ ਫਿਲਮ ਦਾ ਕਿਹੜੇ ਰੁਤਬੇ 'ਤੇ, ਕਿਹੜੇ ਮੁਕਾਮ 'ਤੇ ਹੈ ਅਤੇ ਅੱਗੋਂ ਇਸ ਦਾ ਕੀ ਪ੍ਰੋਗਰਾਮ ਹੈ? ਇਹਦੇ ਲਈ ਜੀ ਦੇਖੋ, ਸਾਡੀ ਸਰਕਾਰ ਦੇ ਨਾਲ ਲਗਾਤਾਰ ਅਸੀਂ ਇਨ ਟੱਚ ਹੈ। ਉੱਥੇ ਉਹਨਾਂ ਦੇ ਜਿਹੜੇ ਮੀਡੀਆ ਐਡਵਾਈਜ਼ਰ ਨੇ ਮਿਸਟਰ ਹਰਚਰਨ ਸਿੰਘ ਬੈਂਸ, ਉਹ ਸਾਡੇ 'ਚ ਐਜ਼ ਅ ਮੀਡੀਏਟਰ ਕੰਮ ਕਰਕੇ ਕੋਸ਼ਿਸ਼ ਕਰ ਰਹੇ ਨੇ। ਕੋਈ ਨਾ ਕੋਈ ਅਸੀਂ ਵੀ ਚਾਹੁੰਦੇ ਹਾਂ ਕਿ ਕਿਤੇ ਨਾ ਕਿਤੇ ਤਰੀਕੇ ਦੇ ਨਾਲ ਤੇ ਸਰਕਾਰ ਨੂੰ ਸਮਝ ਪਵੇ ਵੀ ਇਹ ਜਿਹੜੀ ਗੱਲ ਅਸੀਂ ਕਹਿ ਰਹੇ ਹਾਂ ਇਹ ਕਿਸੇ ਵੀ ਪਾਸਿਓਂ ਗਲਤ ਨਹੀਂ ਹੈ, ਇਹ ਕਿਸੇ ਵੀ ਪਾਸਿਓਂ ਭੜਕਾਊ ਨਹੀਂ ਹੈ, ਇਹ ਕਿਸੇ ਵੀ ਪਾਸਿਓਂ ਪੰਜਾਬ ਦਾ ਮਾਹੌਲ ਨਹੀਂ ਖਰਾਬ ਕਰੇਗੀ ਜੀ, ਬਲਕਿ ਇਤਿਹਾਸ ਦਾ ਉਹ ਪੰਨਾ ਹੈ ਜਿਹਨੂੰ ਸਾਰਿਆਂ ਨੂੰ ਪੜ੍ਹਨ ਦੀ ਲੋੜ ਹੈ ਤੇ ਪੜ੍ਹ ਕੇ ਬਹੁਤ ਕੁਛ ਸਿੱਖਣ ਦੀ ਅੱਜ ਵੀ ਲੋੜ ਹੈ ਵੀ ਜੋ ਕੁਛ ਬੀਤੇ 'ਚ ਹੋਇਆ ਸੀ ਉਹਦੇ ਕਿਉਂ ਕਾਰਨ ਕੀ ਕਾਰਨ ਸੀ, ਕਿਉਂ ਯੂਥ ਜਿਹੜਾ ਸੀ ਉਸ ਪਾਸੇ ਖਾੜਕੂ ਲਹਿਰ 'ਚ ਗਿਆ ਸੀ ਜੀ। ਪਰ ਮੈਨੂੰ ਲੱਗਦਾ ਅਜੇ ਤੱਕ ਸਮਝ ਪਈ ਨਹੀਂ ਇਹਨਾਂ ਦੇ ਗੱਲ ਕਾਫੀ, ਸਾਡਾ ਇਹਨਾਂ ਨੇ ਪ੍ਰੈਸ਼ੀਅਸ ਟਾਈਮ ਜਿਹੜਾ ਇੱਕ ਇੱਕ ਦਿਨ ਸਾਡਾ ਕੀਮਤੀ ਹੈ ਉਹ ਵੇਸਟ ਹੋ ਰਿਹਾ, ਪਰ ਅਜੇ ਤੱਕ ਸਰਕਾਰ ਜਿਹੜੀ ਹੈ ਇਹਦੇ ਬਾਰੇ ਕੋਈ, ਜਿਹੜੀ ਅਸੀਂ ਚਾਹੁੰਦੇ ਸੀ ਡਿਪਟੀ ਸੀ ਐਮ ਸਾਡੀ ਟੀਮ ਨਾਲ ਬੈਠ ਕੇ ਇੱਕ ਮੀਟਿੰਗ ਕਰਕੇ ਤੇ ਇਸ ਫਿਲਮ ਨੂੰ ਜਾਂ ਦੇਖ ਲਏ ਜਾਂ ਨਾਲ ਚਾਰ ਪੰਜ ਬੰਦਿਆਂ ਨੂੰ ਬਿਠਾ ਕੇ ਦੇਖ ਕੇ ਡਿਸੀਜਨ ਲਿਆ ਲਿਆ ਜਾਵੇ, ਪਰ ਉਹ ਅਜੇ ਤੱਕ ਕਿਸੇ ਨਤੀਜੇ ਤੇ ਕਿਸੇ ਤਣ ਫਸਣ ਗੱਲ ਪਹੁੰਚੀ ਨਹੀਂ ਜੀ। ਜੀ ਕੁਲਜਿੰਦਰ ਜੀ, ਇਹ ਦੱਸੋ ਬਹੁਤ ਹੀ ਸੰਖੇਪ ਦੇ ਵਿੱਚ, ਕਿਉਂਕਿ ਜੋ ਕੁਛ ਤੁਸੀਂ ਦਰਸਾਉਣਾ ਚਾਹੁੰਦੇ ਹੋ, ਜੋ ਕੁਛ ਤੁਹਾਡੇ ਬਿਆਨ ਆਏ ਹੈ, ਉਹ
ਬਿਆਨਾਂ ਦੇ ਮੁਤਾਬਕ ਉਹੀ ਕੁਛ ਹੈ ਜਿਹੜੇ ਤੱਥ ਹਨ, ਜਿਹੜੇ ਅਦਾਲਤਾਂ ਦੇ ਫੈਸਲੇ ਹਨ, ਜਿਹੜੀਆਂ ਅਖਬਾਰਾਂ ਦੀਆਂ ਸੁਰਖੀਆਂ ਹਨ, ਜਾਂ ਉਹ ਰਿਕਾਰਡ ਹੈ ਜਿਹੜਾ ਇਤਿਹਾਸ ਦਾ ਅੰਗ ਹੈ, ਜਿਹੜਾ ਵਾਈਟ ਪੇਪਰ ਦੇ ਵਿੱਚ ਹੈ, ਜਾਂ ਸ਼੍ਰੋਮਣੀ ਕਮੇਟੀ ਦੇ, ਜਾਂ ਜਿਹੜੀਆਂ ਪੁਸਤਕਾਂ ਲਿਖੀਆਂ ਗਈਆਂ, ਫਿਰ ਉਸ ਦੇ ਬਾਅਦ ਇੰਨਾ ਕੁਛ ਜਦੋਂ ਲਿਖਿਆ ਗਿਆ ਕਿ ਜੇ ਤਾਂ ਉਹੀ ਹੈ ਫਿਰ ਇਸ ਫਿਲਮ ਦੀ ਕੀ ਲੋੜ ਸੀ, ਅਤੇ ਜੇ ਉਸ ਤੋਂ ਵੱਧ ਹੈ ਤਾਂ ਉਹ ਕਿਹੜੀ ਚੀਜ਼ ਹੈ ਨਵੀਂ ਜਿਹੜੀ ਤੁਸੀਂ ਇਸ ਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਹੈ? ਕੀ ਉਹ ਤੱਥਾਂ ਦੇ ਉੱਤੇ ਫਰਕ ਹੈ ਜਾਂ ਉਹ ਫਿਕਸ਼ਨ ਹੈ? ਇਹ ਫਿਲਮ ਤੱਥ ਔਰ ਫਿਕਸ਼ਨ ਇਹਨਾਂ ਦੋਨਾਂ ਦੇ ਵਿਚਕਾਰ ਕਿੱਥੇ ਤੱਕ ਸੁਮੇਲ ਪੈਦਾ ਕਰਦੀ? ਇਹ ਦੇਖੋ ਜੀ, ਇਹ ਜੋ ਕੁਛ ਹੁਣ ਤੱਕ ਲਿਖਿਆ ਗਿਆ, ਪੜਿਆ ਗਿਆ, ਅਖਬਾਰਾਂ ਦੀਆਂ ਸੁਰਖੀਆਂ ਲਈਆਂ, ਅਸੀਂ ਉਹ ਸਾਰੀ ਚੀਜ਼ ਦਾ ਇੱਕ ਨਿਚੋੜ, ਇੱਕ ਅਰਥ ਕੱਢ ਕੇ ਜਿੱਦਾਂ ਕਹਿੰਦੇ ਨੇ, ਅਸੀਂ ਉਹ ਕੋਸ਼ਿਸ਼ ਕੀਤੀ ਆ ਲੋਕਾਂ ਸਾਹਮਣੇ ਪੇਸ਼ ਕਰਨ ਦੀ। ਐਂਡ ਜਿਹੜੀ ਹੈ ਇਹਦੇ ਤੇ ਕਿਤਾਬਾਂ ਬਹੁਤ, ਤੁਸੀਂ ਕਿਹਾ ਠੀਕ ਹੈ, ਲਿਖੀਆਂ ਗਈਆਂ ਨੇ, ਪਰ ਇਹ ਜਿਹੜਾ ਇੱਕ ਮੀਡੀਅਮ ਹੈ ਆਰਟ ਜੀ 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 ਹੈਲੋ, ਜਦੋਂ ਤੁਸੀਂ ਆਪਣੀ ਗੱਲ ਕਰਦੇ ਹੋ ਹਾਂਜੀ, ਤੇ ਉਹਦਾ ਇੱਕ ਬੜਾ ਵੱਡਾ ਅਸਰ ਪੈਂਦਾ, ਬੜਾ ਵੱਡਾ ਇੰਪੈਕਟ ਹੁੰਦਾ ਮਾਈਂਡ ਦੇ ਉੱਤੇ, ਆਡੀਅੰਸ ਦੇ ਉੱਪਰ। ਸੋ ਇਹ ਗੱਲ ਨੂੰ ਇਹ ਸਾਰੇ ਸਮਝਦੇ ਨੇ ਬੜੀ ਚੰਗੀ ਤਰ੍ਹਾਂ ਕਿ ਜਿਹੜਾ ਸਿਨੇਮਾ ਦੇ ਵਿੱਚ ਇਹ ਜਿਹੜੀ ਚੀਜ਼ ਆ ਗਈ ਹੈ ਇਹਦਾ ਬਹੁਤ ਵੱਡਾ, ਬਹੁਤ ਦੂਰ ਤੱਕ ਇਹਦਾ ਅਸਰ ਜਾਣਾ ਹੈ ਯੂਥ ਦੇ ਉੱਤੇ, ਮਨਾਂ ਦੇ ਉੱਤੇ ਇੱਕ ਚੀਜ਼ ਨੇ ਛਾਪ ਛੱਡਣੀ ਹੈ ਕਿ ਪੰਜਾਬ ਦੀ ਜਿਹੜੀ ਅਸਲ ਸੱਚਾਈ ਸੀ ਦੁਖਾਂਤ ਦੀ ਉਹ ਆਹ ਸੀ। ਉਹ ਕਿਤਾਬਾਂ ਨੀ ਪੜ੍ਹਦੇ, ਉਹ ਅਖਬਾਰਾਂ ਨੀ ਪੜ੍ਹਦੇ, ਉਹ ਬਹੁਤ ਇਹਨਾਂ ਚੀਜ਼ਾਂ ਤੋਂ ਟੁੱਟੇ, ਪਰ ਇਸ ਫਿਲਮ ਨੇ ਉਹਨਾਂ ਨੂੰ ਉਹ ਚੀਜ਼ ਦੇ ਹਕੀਕਤ ਦੇ ਰੂਬਰੂ ਕਰਾਉਣਾ ਸੀ। ਸੋ ਇਸ ਕਰਕੇ ਕਿਤੇ ਨਾ ਕਿਤੇ ਇਹਨਾਂ ਨੂੰ ਕਾਂਬਾ ਛਿੜ ਗਿਆ ਸਰਕਾਰਾਂ ਨੂੰ ਕਿ ਯਾਰ ਇਹ ਤਾਂ ਜਿਹੜੀ ਚੀਜ਼ ਉਹ ਸੀ ਜਿਹਨੂੰ ਅਸੀਂ ਲੁਕਾਇਆ ਸੀ, ਜਿਹਦੇ ਤੇ ਮਿੱਟੀ ਪਾਈ ਸੀ ਕਿ ਚੀਜ਼ਾਂ ਸਾਡੇ ਸਾਹਮਣੇ ਆਉਣਾ ਹੀ ਨੀ ਚਾਹੀਦਾ ਬੀਤੇ ਦਾ। ਸੋ ਇਹ ਬੰਦਿਆਂ ਨੇ ਇਹ ਕੰਮ ਕਰਤਾ। ਸੋ ਇਸ ਕਰਕੇ ਬੁਖੜਾਏ ਪਏ ਨੇ ਸਾਰੇ ਇੱਥੇ। ਉਹੀ ਇੱਕ ਹੈਗੀ ਆ ਇਹਨਾਂ ਦੀ ਮੇਜਰ ਓਬਜੈਕਸ਼ਨ ਵੀ ਯਾਰ ਇਹਨੂੰ ਕਿਸੇ ਨਾ ਕਿਸੇ ਤਰੀਕੇ ਰੋਕਿਆ ਜਾਵੇ, ਪਰ ਉਹ ਤੁਸੀਂ ਸਮਝਦੇ ਹੋ ਕਿ ਸੱਚ ਨੂੰ ਜਿੰਨਾ ਦੱਬਦੇ ਹੋ ਓਨਾ ਹੀ ਜਵਾਲਾਮੁਖੀ ਬਣ ਕੇ ਫਟਦਾ ਹੈ। ਸੋ ਹੁਣ ਹਾਲਾਤ ਪੰਜਾਬ 'ਚ ਇੱਦਾਂ ਦੇ ਬਣ ਗਏ ਨੇ, ਬੜਾ ਰੋਸ ਹੈ ਇੱਥੇ ਲੋਕਾਂ ਦੇ ਵਿੱਚ ਕਿ ਇਹ ਫਿਲਮ ਤਾਂ ਸਾਹਮਣੇ ਆਉਣੀ ਚਾਹੀਦੀ ਹੈ। ਹੁਣ ਫਿਲਮ ਤੋਂ ਮੁੱਦਾ ਨਾ ਰਹਿ ਕੇ ਹੁਣ ਇਹ ਮੁੱਦਾ ਬਣ ਗਿਆ ਵੀ ਇਹ ਇੱਕ ਹੋਰ ਧੱਕਾ ਹੈ ਸਿੱਖ ਕੌਮ ਦੇ ਨਾਲ ਵੀ ਅਸੀਂ ਆਪਣੀ ਗੱਲ ਵੀ ਨਹੀਂ ਕਰ ਸਕਦੇ ਜੀ। ਕੁਲਜਿੰਦਰ ਜੀ, ਤੁਸੀਂ ਜਿਹੜੀ ਗੱਲ ਕਹੀ, ਮੇਰਾ ਖਿਆਲ ਹੈ ਤੁਹਾਡੀ ਗੱਲ ਦੇ ਵਿੱਚ ਤੁਹਾਡਾ ਸਵਾਲ ਵੀ ਹੈ, ਤੁਹਾਡਾ ਜਵਾਬ ਵੀ ਹੈ। ਤੁਸੀਂ ਕਿਹਾ ਕਿ ਇਹ ਜੋ ਫਿਲਮ ਦੇ ਵਿੱਚ ਦਰਸਾਇਆ ਗਿਆ ਇਹਦੇ ਨਾਲ ਉਹਨਾਂ ਪਾਰਟੀਆਂ ਨੂੰ, ਉਹਨਾਂ ਲੋਕਾਂ ਨੂੰ ਜਾਂ ਉਸ ਸੈਕਸ਼ਨ ਨੂੰ ਕਾਂਬਾ ਛਿੜ ਗਿਆ, ਉਹ ਕੰਬ ਗਏ ਹਨ, ਉਹ ਘਬਰਾ ਗਏ ਹਨ। ਸੋ ਇੱਕ ਪਾਸੇ ਤੁਸੀਂ ਮੰਨਦੇ ਹੋ ਕਿ ਕੁਛ ਸੈਕਸ਼ਨ ਦੇ ਵਿੱਚ ਜਾਂ ਤੁਹਾਡੀ ਮੁਰਾਦ ਪੁਲਿਸ ਹੈ ਜਾਂ ਐਡਮਿਨਿਸਟ੍ਰੇਸ਼ਨ ਹੈ, ਉਹਨਾਂ ਨੂੰ ਕਾਂਬਾ ਵੀ ਛਿੜਿਆ ਅਤੇ ਘਬਰਾਏ ਵੀ ਹਨ, ਪਰ ਦੂਜੇ ਪਾਸੇ ਤੁਸੀਂ ਜਦੋਂ ਇਹ ਕਹਿੰਦੇ ਹੋ ਕਿ ਨਹੀਂ ਇਸ ਦੇ ਵਿੱਚ ਤਾਂ ਕੋਈ ਐਸੀ ਗੱਲ ਹੀ ਨਹੀਂ ਹੈਗੀ, ਸੋ ਇਹ ਕੀ ਸਵੈ ਵਿਰੋਧਾਭਾਸ ਨਹੀਂ? ਨਹੀਂ ਜੀ, ਬਿਲਕੁਲ ਨਹੀਂ। ਦੇਖੋ ਪਤਾ ਕੀ ਹੈ, ਇਤਿਹਾਸ ਜਿਹੜਾ ਹੈ ਉਹ ਹਮੇਸ਼ਾ ਜੇਤੂ ਲਿਖਦੇ ਆ ਜੀ, ਤੇ ਜੇਤੂ ਹੈ, ਜੇਤੂ ਨੇ ਸਮੇਂ ਦੀਆਂ ਸਰਕਾਰਾਂ ਜਿਨ੍ਹਾਂ ਨੇ ਉਹ ਮੂਵਮੈਂਟ ਨੂੰ, ਉਹ ਲਹਿਰ ਨੂੰ ਕੁਚਲ ਦਿੱਤਾ ਸੀ ਤੇ ਆਪਣੇ ਹਿਸਾਬ ਨਾਲ ਲਿਖਿਆ, ਆਪਣੇ ਪੁਲਿਸ ਅਫਸਰਾਂ ਨੂੰ ਉਹਨਾਂ ਨੇ ਹੀਰੋ ਦੇ ਤੌਰ ਤੇ ਪੇਸ਼ ਕੀਤਾ। ਹੁਣ ਤੱਕ ਹਰ ਸਾਲ ਉਹਨਾਂ ਦਾ ਪੁਲਿਸ ਵਾਲਿਆਂ ਦਾ ਇੱਕ ਮਾਰਟਿਡਮ ਡੇ ਮਨਾਇਆ ਜਾਂਦਾ ਜਿਹਦੇ ਚ ਫੁੱਲ ਫੁੱਲ ਪੇਜਾਂ ਦੇ ਇਸ਼ਤਿਹਾਰ ਉਹਨਾਂ ਅਫਸਰਾਂ ਦੇ ਵੀ ਲੱਗਦੇ ਨੇ ਜਿਹੜੇ, ਜਿਨ੍ਹਾਂ ਨੂੰ ਇੱਥੇ ਬਹੁਤ ਸਾਰੇ ਲੋਕ ਬੁੱਚੜ ਅਫਸਰ ਕਹਿੰਦੇ ਨੇ। ਸੋ ਉਹ ਹੀਰੋ ਜਿਹੜੇ ਸੀਗੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਹੁਣ ਤੱਕ ਬਣੇ ਹੋਏ ਸੀ। ਅਸੀਂ ਨੰਗਾ ਕੀਤਾ ਹੈ ਕਿ ਸਾਰੇ ਹੀਰੋ ਨਹੀਂ ਸੀ, ਕੁਛ ਚੰਗੇ ਪੁਲਿਸ ਅਫਸਰ ਵੀ ਸੀ, ਕੁਛ ਮਾੜੇ ਵੀ ਸੀ, ਕੁਛ ਗਲਤ ਅੱਤਵਾਦੀ ਵੀ ਸੀਗੇ ਤੇ ਕੁਛ ਜਜ਼ਬਾਤੀ ਤੌਰ ਤੇ ਜੁੜੇ ਹੋਏ ਖਾੜਕੂ ਸਿੰਘ ਵੀ ਸੀ, ਲੁਟੇਰੇ ਵੀ ਸੀ, ਹਰ ਤਰ੍ਹਾਂ ਦੇ ਲੋਕ ਸੀਗੇ ਇਸ ਜਿਹੜਾ ਦੁਕਾਨ ਸੀਗਾ। ਸਾਰੀਆਂ ਧਿਰਾਂ ਨੇ ਆਪਣਾ ਆਪਣਾ ਕੰਮ ਕੀਤਾ ਸੀ,
ਸੋ ਉਹ ਅਸੀਂ ਜਿਹੜਾ ਪੰਨਾ ਹੈ ਜਿਹਨੂੰ ਇਹਨਾਂ ਨੇ ਆਪਣੇ ਹਿਸਾਬ ਨਾਲ ਲਿਖਿਆ ਸੀ, ਅਸੀਂ ਇਹਨੂੰ ਰੀਰਾਈਟ ਕਰਤਾ ਸੀ ਆਪਣੇ ਹਿਸਾਬ ਨਾਲ, ਇੱਕ ਫਿਲਮ ਮੇਕਰ ਦੇ ਤੌਰ ਤੇ ਲਿਖਿਆ, ਉਹਦੇ ਕਰਕੇ ਇਹਨਾਂ ਨੂੰ ਕਾਂਬਾ ਛਿੜਿਆ ਹੋਇਆ। ਅਦਰਵਾਈਜ਼ ਆਮ ਆਡੀਅੰਸ ਦੇ ਲਈ ਇਹ ਇੱਕ ਬਹੁਤ ਸਾਰੀ ਆਡੀਅੰਸ ਹੈ ਜਿਹੜੀ ਇਹਨੂੰ ਇੱਕ ਕਹਾਣੀ ਲੈ ਕੇ ਚੱਲ ਰਹੀ ਹੈ ਕਿ ਹਾਂ ਜੀ ਇੱਕ ਕਹਾਣੀ ਹੈ ਜਿਹੜੀ ਡੈਫੀਨੇਟਲੀ ਇੰਸਪਾਇਰਡ ਹੈ ਸੱਚੀਆਂ ਘਟਨਾਵਾਂ ਤੋਂ, ਪਰ ਫਿਕਸ਼ਨ ਹੈ ਜੀ। ਮੈਂ ਜਦੋਂ ਬੰਦੇ ਦੇ ਮਨ ਦੇ ਵਿੱਚ ਚੋਰ ਹੋਵੇ ਨਾ, ਫਿਰ ਉਹ ਕੰਬਦਾ ਹੈ। ਮੇਰੀ ਇਹਦੇ ਬਾਰੇ ਬਹੁਤ ਸਾਰੇ ਅਫਸਰਾਂ ਦੇ ਨਾਲ ਵੀ ਗੱਲ ਹੋਈ, ਮੈਂ ਸੰਪਰਕ ਸੀ, ਮੈਂ ਕਿਹਾ ਯਾਰ ਜੇ ਤੁਸੀਂ ਕੁਛ ਗਲਤ ਨਹੀਂ ਕੀਤਾ, ਤੁਸੀਂ ਉਹ ਪੁਲਿਸ ਅਫਸਰ ਜਿਹੜਾ ਸੀ ਗਲਤ ਦਿਖਾਇਆ, ਉਹਦੇ ਨਾਲ ਆਪਣੇ ਆਪ ਨੂੰ ਕਿਉਂ ਰਿਲੇਟ ਕਰ ਰਹੇ ਹੋ ਜੀ? ਪਰ ਉਹ ਇਹ ਗੱਲ ਨੂੰ ਸਮਝ ਨਹੀਂ ਰਹੇ ਅਜੇ ਤੱਕ ਜੀ। ਕੁਲਜਿੰਦਰ ਜੀ, ਮੈਂ ਇੱਕ ਗੱਲ ਤੁਹਾਡੇ, ਤੁਸੀਂ ਜਿਹੜਾ ਇੱਕ ਲਫ਼ਜ਼ ਵਰਤਿਆ ਹੈ ਕਿ ਜੇਤੂ ਇਤਿਹਾਸ ਲਿਖਦੇ ਆ, ਮੈਂ ਕਿਧਰੇ ਗਿਆ ਸੀ ਬਾਹਰ, ਕਿਧਰੇ ਅਫਰੀਕਾ ਦੇ ਕਿਸੇ ਮਿਊਜ਼ੀਅਮ ਦੇ ਵਿੱਚ ਇੱਕ ਲਾਈਨ ਲਿਖੀ ਹੋਈ ਸੀ ਕਿ ਜਿੰਨੀ ਦੇਰ ਤੱਕ ਜਿਹੜੇ ਸ਼ਿਕਾਰੀ ਇਤਿਹਾਸ ਲਿਖਣਗੇ, ਸ਼ੇਰ ਦੀ ਬਹਾਦਰੀ ਦੀ ਗੱਲ ਕਿਸੇ ਨੇ ਨਹੀਂ ਲਿਖਣੀ, ਸ਼ਿਕਾਰੀਆਂ ਦੀ ਬਹਾਦਰੀ ਦੀ ਗਾਥਾ ਲਿਖੀ ਜਾਏਗੀ। ਸੋ ਤੁਸੀਂ ਇਹ ਮੰਨਦੇ ਪਏ ਹੋ ਕਿ ਜੇਤੂ ਇਤਿਹਾਸ ਲਿਖਦੇ ਹਨ, ਸੋ ਤੁਸੀਂ ਜਿਹਨਾਂ ਲੋਕਾਂ ਦੀ ਕਹਾਣੀ ਦਰਸਾਉਣਾ, ਉਹਨਾਂ ਦੇ ਨਜ਼ਰੀਏ ਤੋਂ ਦਰਸਾਉਣਾ ਚਾਹੁੰਦੇ ਹੋ, ਤੁਸੀਂ ਇਹ ਹੁਣ ਮੰਨ ਲਿਆ ਕਿ ਉਹ ਹੁਣ ਉਹਨਾਂ ਨੂੰ ਜੇਤੂ ਕਰਾਰ ਦਿੱਤਾ ਜਾ ਸਕਦਾ? ਹਾਂਜੀ, ਤੁਹਾਡੀ ਆਵਾਜ਼ ਥੋੜੀ ਜਿਹੀ ਲੰਮਾ ਸਾਹਿਬ। ਮੈਂ ਇਹ ਕਹਿ ਰਿਹਾ ਜੀ, ਤੁਸੀਂ ਇਹ ਕਿਹਾ ਕਿ ਜੇ ਜੇਤੂ ਇਤਿਹਾਸ ਲਿਖਦੇ ਹੈ ਤੇ ਜੇਕਰ ਉਹ ਜਿਹਨਾਂ ਨੂੰ ਤੁਸੀਂ ਜਿਹਨਾਂ ਦਾ ਨਜ਼ਰੀਆ ਦੇਣਾ ਚਾਹੁੰਦੇ ਹੋ, ਤੇ ਕੀ ਤੁਸੀਂ ਇਹ ਮੰਨ ਕੇ ਤੁਰ ਰਹੇ ਹੋ ਕਿ ਉਹ ਹੁਣ ਉਹਨਾਂ ਨੂੰ ਜੇਤੂ ਕਿਹਾ ਜਾ ਸਕਦਾ ਹੈ ਅੱਜ ਦੇ ਇਸ ਦੌਰ ਵਿੱਚ? ਜਿਨ੍ਹਾਂ ਦਾ ਨਜ਼ਰੀਆ ਦੇਖੋ ਅਸੀਂ ਦੇਣਾ ਚਾਹ ਰਹੇ ਹਾਂ, ਦੇਖੋ ਡੈਫੀਨੇਟਲੀ ਜਿਨ੍ਹਾਂ ਦਾ ਨਜ਼ਰੀਆ ਅਸੀਂ ਦੇਣਾ ਚਾਹ ਰਹੇ ਸੀ, ਇਹਦੇ ਵਿੱਚ ਇੱਕ ਮਿਲੀਟੈਂਟ ਦਾ ਪੁਆਇੰਟ ਆਫ ਵਿਊ ਦਿਖਾਇਆ, ਉਹਦੇ ਥਰੂ ਅਸੀਂ ਬਹੁਤ ਸਾਰੇ ਉਸ ਟਾਈਮ ਦੇ ਯੂਥ ਦਾ ਇੱਕ ਪੁਆਇੰਟ ਆਫ ਵਿਊ ਦਿਖਾਇਆ ਜਿਹੜਾ ਉਸ ਪਾਸੇ ਤੁਰਿਆ ਸੀ ਜੀ ਜੀ, ਉਹ ਦਿਲ ਦੀ ਹਾਰੀ ਹੋਈ ਤੇ ਰਿਹਾ, ਉਹਦੇ ਚ ਕੋਈ ਸ਼ੱਕ ਨੀ, ਆਪਾਂ ਨੂੰ ਮੰਨ ਲੈਣੀ ਚਾਹੀਦੀ ਗੱਲ ਹੈ, ਕਿਉਂਕਿ ਉਹ ਲਹਿਰ ਜਿਹੜੀ ਜੋ ਮਕਸਦ ਦੇ ਨਾਲ ਸ਼ੁਰੂ ਹੋਈ ਸੀ ਉਹ ਤਾਂ ਬਹੁਤ ਦੂਰ ਦੀ ਗੱਲ ਹੈ, ਉਹਦੇ ਚੋਂ ਜਿਹੜੀਆਂ ਮਾੜੀਆਂ ਮੋਟੀਆਂ ਦੋ ਚਾਰ ਗੱਲਾਂ ਵੀ ਸੀਗੀਆਂ, ਜਿਵੇਂ ਤੁਸੀਂ ਸਿੱਖ ਪਛਾਣ ਦੀ ਗੱਲ ਹੀ ਕਰ ਲਓ, ਗੱਲ ਤਾਂ ਸ਼ੁਰੂ ਹੋਈ ਸੀ ਕਿ ਸਿੱਖ ਆਈਡੈਂਟੀ ਤੋਂ ਸ਼ੁਰੂ ਹੋਈ ਸੀ ਕਿ ਸਿੱਖ ਜਿਹੜੇ ਹਨ ਇਸ ਧਰਮ ਇਸ ਦੇਸ਼ ਦੇ ਵਿੱਚ ਕੌਨਸਟੀਟਿਊਸ਼ਨ ਦੇ ਵਿੱਚ ਅੱਜ ਤੱਕ ਮੰਨਿਆ ਨਹੀਂ ਗਿਆ ਉਹਨਾਂ ਨੂੰ ਕਿ ਇੱਕ ਵੱਖਰੀ ਕੌਮ ਹੈ, ਗੱਲ ਪਛਾਣ ਤੋਂ ਸ਼ੁਰੂ ਹੋਈ ਸੀ 47 ਤੋਂ ਲੈ ਕੇ, ਉਹ ਪਛਾਣ ਅਜੇ ਤੱਕ ਵੀ ਉਹਨਾਂ ਨੇ ਮੰਨੀ ਨੀ, ਵੱਖਰੀ ਪਛਾਣ ਨੂੰ ਅਜੇ ਤੱਕ ਨੀ ਲਾਓ ਕੀਤਾ, ਇਹਨਾਂ ਗੱਲਾਂ ਬਹੁਤ ਵੱਡੀਆਂ ਕਰਦੇ ਸੀ, ਵੱਖਰੇ ਦੇਸ਼ ਦੀਆਂ ਵੱਖਰੇ ਮੁਲਕ ਦੀਆਂ ਕਰਦੇ ਸੀ, ਡੈਫੀਨੇਟ ਹਾਰੀ ਹੋਈ ਤੇ ਰਹੇ, ਮੰਨਣਾ ਪਊਗਾ। ਤੇ ਕੁਲਜਿੰਦਰ ਜੀ, ਇਹ ਤੁਸੀਂ ਦੱਸੋ, ਜਿਵੇਂ ਤੁਸੀਂ ਆਪ ਮੰਨਦੇ ਹੋ ਔਰ ਮੇਰਾ ਜਿੱਥੇ ਤੱਕ ਮੈਨੂੰ ਪਤਾ ਹੈ, ਇਸ ਫਿਲਮ ਦੇ ਵਿੱਚ ਇਹ ਕਿਸੇ ਵੀ ਨਿਸ਼ਚਿਤ ਤੌਰ ਦੇ ਉੱਤੇ ਕਿਸੇ ਵੀ ਫਿਰਕੇ ਦੇ ਵਿਰੋਧ ਵਿੱਚ ਨਹੀਂ ਹੈ, ਕਿਸੇ ਦੇ ਧਰਮ ਦੇ ਵਿਰੋਧ ਵਿੱਚ ਨਹੀਂ ਹੈ, ਬਲਕਿ ਉਹਨਾਂ ਲੋਕਾਂ ਦੇ ਵਿਰੋਧ ਵਿੱਚ ਵੀ ਹੈ ਜਿਹੜੇ ਸਿੱਖੀ ਦਾ ਬਾਣਾ ਪਾ ਕੇ ਲੋਕਾਂ ਦੇ ਨਾਲ ਵਧੀਕੀਆਂ ਕਰਦੇ ਸੀ, ਉਹਨਾਂ ਦੀ ਗੱਲ ਵੀ ਕੀਤੀ ਗਈ। ਪਰ ਫਿਰ ਕੀ ਕਾਰਨ ਹੈ ਕਿ ਉਹ ਜਿਨ੍ਹਾਂ ਦੇ ਬਾਰੇ ਕਿਹਾ ਹੀ ਨਹੀਂ ਗਿਆ, ਉਹ ਕਿਉਂ ਆਪਣੇ ਆਪ ਨੂੰ ਅੱਗੇ ਵੱਧ ਕੇ ਉਹਨਾਂ ਨੇ ਤੁਹਾਡੀ ਇਸ ਫਿਲਮ ਦੀ ਵਿਰੋਧਤਾ ਕੀਤੀ? ਤੁਹਾਡੇ ਇਸ ਗੱਲ ਦੇ ਉੱਤੇ ਤੁਹਾਡੇ ਵਿਚਾਰ ਲਵਾਂਗੇ, ਪਰ ਇੱਕ ਵਕਫੇ ਦੇ ਬਾਅਦ ਹਾਜ਼ਰ ਹੁੰਦੇ ਹਾਂ। ਪਲੀਜ਼ ਤੁਸੀਂ ਲਾਈਨ 'ਤੇ ਰਹਿਣਾ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਦਾ
ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਾਡਾ ਹੱਕ, ਇਹ ਹੱਕ ਕਿੱਥੇ ਤੱਕ ਜਾਇਜ਼ ਹੈ, ਕਿੱਥੇ ਤੱਕ ਦਿੱਤਾ ਜਾ ਸਕਦਾ, ਕੀ ਮੰਗਿਆ ਹੱਕ ਮਿਲਦਾ, ਇਸ ਦੇ ਬਾਰੇ, ਇਸ ਫਿਲਮ ਦੇ ਉੱਤੇ ਲੱਗੀ ਪਾਬੰਦੀ ਦੇ ਬਾਰੇ ਫਿਲਮ ਦੇ ਨਿਰਮਾਤਾ ਸਰਦਾਰ ਕੁਲਜਿੰਦਰ ਸਿੰਘ ਸਿੱਧੂ ਸਾਡੇ ਨਾਲ ਲਾਈਨ ਦੇ ਉੱਤੇ ਹਨ ਔਰ ਆਪਣੇ ਵਿਚਾਰ ਦੇ ਰਹੇ ਹਨ। ਸਿੱਧੂ ਸਾਹਿਬ, ਵਕਫੇ ਦੇ ਬਾਅਦ ਫਿਰ ਤੁਹਾਡਾ ਸਵਾਗਤ ਹੈ ਅਮਰੀਕਾ ਕੈਨੇਡਾ ਦੇ ਦਰਸ਼ਕਾਂ ਦੇ ਰੂਬਰੂ। ਅਤੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਕਿ ਜਿਵੇਂ ਤੁਸੀਂ ਇਹ ਕਿਹਾ ਕਿ ਇਹ ਫਿਲਮ ਕਿਸੇ ਵੀ ਫਿਰਕੇ ਦੇ ਵਿਰੋਧ ਵਿੱਚ ਨਹੀਂ ਹੈ, ਪਰ ਫਿਰ ਕੀ ਕਾਰਨ ਹੈ ਕਿ ਫਿਰਕੂ ਆਧਾਰ ਦੇ ਉੱਤੇ ਹੀ ਇਸ ਦੀ ਵਿਰੋਧਤਾ ਕੀਤੀ ਗਈ ਸ਼ਿਵ ਸੈਨਾ ਵੱਲੋਂ ਜਾਂ ਹੋਰ ਐਸੀਆਂ ਆਰਗਨਾਈਜੇਸ਼ਨਸ ਵੱਲੋਂ? ਔਰ ਦੂਸਰੇ ਪਾਸੇ, ਜੇ ਇਹ ਫਿਰਕੂ ਨਹੀਂ ਹੈ, ਇਹ ਕੇਵਲ ਲਾਅ ਐਂਡ ਆਰਡਰ ਦੀ, ਕਾਨੂੰਨ ਵਿਵਸਥਾ ਦੀ, ਇਤਿਹਾਸ ਦਾ ਇੱਕ ਵਰਕਾ ਹੈ, ਤਾਂ ਫਿਰ ਬੜੀ ਵੱਡੀ ਗਿਣਤੀ ਵਿੱਚ ਸਿੱਖਾਂ ਵੱਲੋਂ ਇਸ ਦੀ ਹਮਾਇਤ ਵਿੱਚ ਬਾਹਰ ਨਿੱਤਰ ਆਉਣਾ ਔਰ ਧਾਰਮਿਕ ਸੰਸਥਾਵਾਂ ਦੀ ਇਸ ਦੀ ਹਮਾਇਤ ਕਰਨੀ, ਕੀ ਇਹ ਇਸ ਨੂੰ ਇਹ ਨਹੀਂ ਮੰਨਿਆ ਜਾ ਸਕਦਾ ਕਿ ਇਸ ਫਿਲਮ ਨੇ ਫਿਰਕੂ ਆਧਾਰ ਦੇ ਉੱਤੇ ਜਨਤਾ ਨੂੰ ਆਪਸ ਵਿੱਚ ਵੰਡ ਦਿੱਤਾ? ਹੈਲੋ, ਨਹੀਂ ਤੁਸੀਂ ਫਿਰ ਗੱਡੀ ਰੋਕ ਕੇ ਜੇ ਗੱਲ ਕਰ ਸਕੋ, ਜੇ ਅਗਰ ਤੁਸੀਂ ਗੱਲ ਕਰਨਾ ਚਾਹੋ ਫਿਰ ਤੁਸੀਂ ਗੱਡੀ ਰੋਕ ਕੇ ਗੱਲ ਕਰੋਗੇ। ਹੈਲੋ ਸਿੱਧੂ ਸਾਹਿਬ, ਨਹੀਂ ਤੁਸੀਂ ਅਗਰ ਗੱਲ ਕਰ ਸਕਦੇ ਹੋ ਗੱਡੀ ਰੋਕ ਕੇ ਤੇ ਫਿਰ ਤੇ ਹੈ, ਨਹੀਂ ਤੇ ਗੱਲ ਨਹੀਂ ਹੋਏਗੀ ਨਾ, ਡਿਸਟਰਬ ਹੋ ਜਾਏਗਾ। ਵਿਰੋਧਤਾ ਕਿਉਂ ਕੀਤੀ ਔਰ ਓਹਦੇ ਪਿੱਛੇ ਕੀ ਕਾਰਨ ਸੀ ਜਿਨ੍ਹਾਂ ਨੇ ਇਹਦੀ ਵਿਰੋਧਤਾ ਕੀਤੀ? ਦੇਖੋ, ਵਿਰੋਧ ਤਾਂ ਇਹਦੀ ਮੇਜਰ ਤੌਰ ਤੇ ਤਾਂ ਆ ਜਿਹੜੀ ਸ਼ਿਵ ਸੈਨਾ ਜਾਂ ਇਹੋ ਜਿਹੀਆਂ ਜਿਹੜੀਆਂ ਹੋਰ ਸੰਮਤੀਆਂ ਨੇ ਬਣੀਆਂ ਹੋਈਆਂ, ਛੋਟੇ ਛੋਟੇ ਹਿੰਦੂ ਗਰੁੱਪਸ ਨੇ, ਰੈਡੀਕਲਸ ਉਹਨਾਂ ਨੂੰ ਕਹਿ ਸਕਦੇ ਆਪਾਂ, ਉਹਨਾਂ ਦੀ ਕਮਿਊਨਿਟੀ ਦੇ ਸਪਿੰਟਰ ਗਰੁੱਪਸ ਨੇ, ਉਹ ਥੋੜੇ ਬਹੁਤੇ ਉਹਨਾਂ ਦਾ ਕੰਮ ਹੀ ਹੁੰਦਾ ਜਦੋਂ ਕੋਈ ਇਹੋ ਜਿਹਾ ਮੁੱਦਾ ਆਵੇ ਜਿਹੜਾ ਸਿੱਧਾ ਤੌਰ ਤੇ ਸਿੱਖ ਧਰਮ ਨਾਲ ਜੁੜਿਆ ਹੋਵੇ ਤੇ ਥੋੜਾ ਜਿਹਾ ਆਪਣਾ ਹੱਕਾਂ ਦੀ ਗੱਲ ਕਰਨ ਵਾਲੀ ਗੱਲ ਹੋਵੇ ਜਿਹਦੇ ਵਿੱਚ, ਉਹ ਫਿਰ ਏਦਾਂ ਲੋਕਾਂ ਨੇ ਵਿਰੋਧ ਕਰਨਾ ਹੀ ਹੁੰਦਾ, ਕੱਟੜਪੰਥੀ ਏਦਾਂ ਦੀਆਂ ਹਿੰਦੂ ਜਥੇਬੰਦੀਆਂ ਨੇ, ਸੋ ਸ਼ੁਰੂ ਤੋਂ ਕਰਦੇ ਰਹੇ ਨੇ, ਇਸ ਫਿਲਮ ਦਾ ਵੀ ਕਰ ਰਹੇ ਸੀ। ਖਾਸ ਤੌਰ ਤੇ ਉਹਨਾਂ ਨੂੰ ਮੌਕਾ ਮਿਲ ਗਿਆ ਜਦੋਂ ਗਾਣਾ ਬਾਗੀ ਆਇਆ, ਜੈਜ਼ੀ ਬੀ ਦਾ ਗਾਇਆ ਹੋਇਆ, ਉਸ ਤੋਂ ਬਾਅਦ ਮੇਨ ਬਵਾਲ ਉਹਨਾਂ ਨੇ ਉਠਾਇਆ ਇਹਦੇ ਉੱਤੇ। ਜੀ ਜੀ ਜੀ, ਸੋ ਤੁਸੀਂ ਇਸਦਾ ਦੀ ਵਿਰੋਧਤਾ ਦਾ ਪਹਿਲੇ ਅੰਦਾਜ਼ਾ ਨਹੀਂ ਲਗਾ ਸਕੇ ਸੀ? ਨਹੀਂ, ਪਤਾ ਸੀ ਜੀ, ਇਹਨਾਂ ਦੀ ਵਿਰੋਧਤਾ ਦਾ ਪਤਾ ਸੀ, ਪਰ ਇਹ ਲੱਗਦਾ ਸੀ ਕਿ ਚਲੋ ਪੰਥਕ ਸਰਕਾਰ ਹੈ ਤੇ ਛੋਟੇ ਮੋਟੇ ਰੌਲਾ ਰੂਲਾ ਪਾਉਣਗੇ ਵੀ ਤੇ ਕੋਈ ਜ਼ਿਆਦਾ ਫਰਕ ਨਹੀਂ ਪਊਗਾ, ਇਹ ਉਹਨਾਂ ਦੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ। ਸੋ ਏਦਾਂ ਦੇ ਜੇ ਕੋਈ ਦੋ ਚਾਰ ਬੰਦੇ ਉੱਠਣਗੇ ਵੀ ਤੇ ਸਰਕਾਰ ਸਮਝਾ ਲਊਗੀ ਉਹਨਾਂ ਨੂੰ ਜਾਂ ਕੰਟਰੋਲ ਕਰ ਲਊਗੀ, ਪਰ ਇਹ ਨਹੀਂ ਸੀ ਵੀ ਉਹੋ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਨੇ ਉਹਨਾਂ ਦਾ ਇੰਨਾ ਜ਼ਿਆਦਾ ਪ੍ਰੈਸ਼ਰ ਪੈ ਜਾਊਗਾ ਗਵਰਨਮੈਂਟ ਦੇ ਉੱਤੇ ਕਿ ਗਵਰਨਮੈਂਟ ਬੈਨ ਹੀ ਕਰ ਦੇਗੀ ਮੂਵੀ ਨੂੰ। ਜੀ 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 ਜੀ, ਅਤੇ ਇੱਕ ਗੱਲ ਸਿੱਧੂ ਸਾਹਿਬ, ਇਹ ਦੱਸੋ, ਤੁਸੀਂ ਜਿਵੇਂ ਦੱਸਿਆ ਕਿ ਆਈਡੈਂਟੀ ਔਰ ਐਂਟੀਟੀ ਇਹ ਬੜੀ ਅਹਿਮ ਹੁੰਦੀ ਹੈ, ਬੜੀ ਪ੍ਰਮੁੱਖ ਭੂਮਿਕਾ ਨਿਭਾਉਂਦੀ ਹੈ, ਸੋ ਤੁਹਾਡੇ ਵੀ ਸਰੂਪ ਦੇ ਵਿੱਚ ਜਿਹੜੀ ਤਬਦੀਲੀ ਆਈ, ਜੋ ਪਹਿਲੇ ਸਰੂਪ ਸੀ, ਫਿਲਮ ਬਣਦੇ 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 ਬਦਲੀ ਹੋਇਆ,
ਉਹਦੇ ਵਿੱਚ ਵੀ ਤੁਸੀਂ ਇਸ ਫਿਲਮ ਦਾ ਦੇਣ ਸਮਝੋਗੇ ਜਾਂ ਕੀ ਕਾਰਨ ਸੀ? ਹਾਂਜੀ, ਡੈਫੀਨੇਟਲੀ ਫਿਲਮ ਦੀ ਦੇਣ ਤਾਂ ਹੈ ਹੀ ਆ। ਦੇਖੋ, ਮੇਰਾ ਜਿਹੜਾ ਸੀਗਾ ਆਪਣਾ ਫਿਲਮ ਦੇ ਲਈ ਜਿਹੜਾ ਮੈਂ ਇਸ ਰੂਪ ਬਦਲਿਆ ਸੀ, ਉਹ ਮੈਂ ਫਿਲਮ ਦੇ ਕਰੈਕਟਰ ਨੂੰ ਪਲੇ ਕਰਨ ਲਈ ਬਦਲਿਆ ਸੀਗਾ ਜੀ। ਤੇ ਉਹ ਬਦਲਣ ਤੋਂ ਬਾਅਦ, ਜਦੋਂ ਮੈਂ ਫਿਲਮ ਦਾ ਕਰੈਕਟਰ ਪਲੇ ਕਰਨ ਤੋਂ ਬਾਅਦ ਮੈਂ ਆਪਣੇ ਨੋਰਮਲ ਜਿਹੜਾ ਮੇਰਾ ਸੀਗਾ, ਮੈਂ ਕੱਟ ਸ਼ਰਟ ਆ ਤੇ ਉਸ ਰੂਪ ਚ ਆਇਆ, ਤੇ ਜ਼ਿਆਦਾਤਰ ਲੋਕਾਂ ਨੇ ਪ੍ਰਵਾਹ ਨਹੀਂ ਕੀਤਾ। ਸੋ ਉਹਨਾਂ ਨੇ ਇਹੀ ਮੈਨੂੰ ਕਿਹਾ ਕਿ ਨਹੀਂ, ਤੁਹਾਨੂੰ ਪੱਗ ਬੰਨ੍ਹ ਕੇ ਰੱਖਣੀ ਚਾਹੀਦੀ ਹੈ ਭਾਜੀ, ਜੇ ਉਹ ਥੋੜਾ ਨਾ ਮੁੱਦਾ ਏਦਾਂ ਦਾ ਹੈ। ਤੇ ਮੈਂ ਵੀ ਗੱਲ ਮੰਨੀ ਤੇ ਮੈਨੂੰ ਖੁਦ ਨੂੰ ਵੀ ਮਹਿਸੂਸ ਹੋਇਆ ਜੀ, ਇਸ ਕਰਕੇ ਉਸ ਰੂਪ ਦੇ ਵਿੱਚ ਤਬਦੀਲੀ ਆਈ ਜੀ। ਸਿੱਧੂ ਸਾਹਿਬ, ਜਦੋਂ ਅੰਗਰੇਜ਼ਾਂ ਦਾ ਰਾਜ ਸੀ, ਜਦੋਂ ਉਹਨਾਂ ਨੇ ਸਿੱਖਾਂ ਦਾ ਭਾਵੇਂ ਰਾਜ ਖੋਇਆ ਸੀ, ਪਰ ਪੰਜਾਬ ਦੇ ਵਿੱਚ ਅੰਗਰੇਜ਼ੀ ਰਾਜ ਵੇਲੇ ਵੀ ਇਹ ਸਕੂਲ ਦੀਆਂ ਕਿਤਾਬਾਂ 'ਚ ਪੜ੍ਹਾਇਆ ਜਾਂਦਾ ਸੀ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਬਾਦਸ਼ਾਹੀ ਫੌਜਾਂ ਭਾਰੀਆਂ ਨੇ, ਜਾਂ ਹੋਰ ਕਿ ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ, ਇਹ ਕੀ ਅੰਗਰੇਜ਼ਾਂ ਦੀ ਸਟ੍ਰੈਟਜੀ ਸੀ, ਫਰਾਖਦਿਲੀ ਸੀ, ਜਾਂ ਹੁਣ ਦੇ ਮੌਜੂਦਾ ਹਕੂਮਤਾਂ ਦੀ ਤੰਗਦਿਲੀ ਹੈ? ਇਹਨੂੰ ਦੋਨਾਂ ਨੂੰ ਕਿਵੇਂ ਤੁਸੀਂ ਨਾਪਦੇ ਹੋ? ਡੈਫੀਨੇਟਲੀ ਜੀ, ਅੰਗਰੇਜ਼ਾਂ ਦੀ ਫਰਾਕ ਦਿਲੀ ਸੀ। ਉਹ ਗੋਰੇ ਬਹੁਤ ਸੁਲਝੀ ਹੋਈ ਇੱਕ ਕੌਮ ਹੈ, ਐਂਡ ਮੰਨਦੇ ਨੇ ਉਹ ਹਰ ਗੱਲ ਨੂੰ ਜਿੱਥੇ ਉਹ ਗਲਤ ਹੁੰਦੇ ਨੇ। ਸੋ ਇੱਥੇ ਬਹੁਤ ਤੰਗ ਦਿਲ ਨਜ਼ਰੀਆ ਇਸ ਮੁੱਦੇ ਦੇ ਉੱਤੇ ਅਪਣਾਇਆ ਜਾ ਰਿਹਾ। ਇੱਥੇ ਨਹੀਂ ਚਾਹੁੰਦੇ ਕਿ ਕੋਈ ਵੀ ਹੀਰੋਇਜ਼ਮ ਵਾਲੀ ਗੱਲ ਉਸ ਧਿਰ ਦੀ ਪੇਸ਼ ਕੀਤੀ ਜਾਵੇ ਜਿਹੜੀ ਧਿਰ ਹਾਰੀ ਹੋਈ ਧਿਰ ਹੈ। ਸੋ ਇਹ ਡੈਫੀਨੇਟਲੀ ਮੇਰੀ ਗੱਲ ਵੀ ਹੋਈ ਸੀ ਕੱਲ ਇੱਕ ਬਹੁਤ ਵੱਡੇ ਆਫਿਸਰ ਨੇ, ਮੈਂ ਨਾਮ ਨਹੀਂ ਲੈਣਾ ਚਾਹੁੰਗਾ ਉਹਨਾਂ ਦਾ, ਉਹਨਾਂ ਨੂੰ ਮੈਂ ਕਿਹਾ, ਮੈਂ ਕਿਹਾ ਤੁਸੀਂ ਇਹ ਦੱਸੋ ਮੈਨੂੰ, ਕਾਫੀ ਅੱਧਾ ਘੰਟਾ ਗੱਲ ਚੱਲੀ, ਉਹ ਮੈਨੂੰ ਕਨਵਿੰਸ ਕਰਨ ਤੇ ਲੱਗੇ ਹੋਏ ਸੀ ਵੀ ਤੁਸੀਂ ਯਾਰ ਜਿਹੜਾ ਪੁਲਿਸ ਦਾ ਅਕਸ ਦਿਖਾਇਆ ਨਾ, ਉਹ ਤਾਂ ਸਮਾਂ ਹੀ ਸਰਾਪਿਆ ਸੀਗਾ, ਤੁਸੀਂ ਕਿਉਂ ਆ ਕੰਮ ਕਿਉਂ ਕਰਤਾ, ਕੀ ਲੋੜ ਸੀ ਇਹਦੀ। ਸੋ ਮੈਂ ਕਿਹਾ ਚਲੋ ਸਾਰੀਆਂ ਗੱਲਾਂ ਤੁਹਾਡੀਆਂ ਠੀਕ ਹੈ, ਤੁਸੀਂ ਇਹ ਦੱਸੋ ਕਿ ਜਿਹੜਾ ਅਸੀਂ ਕਰੈਕਟਰ ਦਿਖਾਇਆ, ਇੱਕ ਸਾਡਾ ਫਿਕਸ਼ਨਲ ਕਰੈਕਟਰ ਹੈ ਕਰਤਾਰ ਸਿੰਘ, ਸੋ ਕੀ ਉਹ ਜੇ ਲੋਕ ਨਹੀਂ ਸਨ ਉਸ ਲਹਿਰ ਦੇ ਵਿੱਚ ਜਦੋਂ ਤੁਸੀਂ ਖੁਦ ਉਹ ਆਫਿਸਰ ਉਸ ਟਾਈਮ ਤੇ ਬਹੁਤ ਵੱਡੀ ਅਹਿਮ ਭੂਮਿਕਾ ਨਿਭਾਉਂਦਾ ਰਿਹਾ ਸੀ, ਮੈਂ ਕਿਹਾ ਕੀ ਉਹ ਜੇ ਬੰਦੇ ਨਹੀਂ ਸੀ, ਕੀ ਸਾਰੇ ਹੀ ਚੋਰ ਲੁਟੇਰੇ ਸੀ, ਕੀ ਸਾਰੇ ਹੀ ਬਸ ਘਰਾਂ ਦੇ ਉੱਤੋਂ ਬਸ ਕ੍ਰਿਮੀਨਲ ਮਾਇੰਡ ਸੈੱਟ ਵਾਲੇ ਲੋਕ ਸੀ, ਸਹੀ ਬੰਦੇ ਨਹੀਂ ਸੀ? ਇਸ ਗੱਲ ਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ। ਸੋ ਇਹ ਜ਼ਰੂਰੀ ਹੁੰਦਾ ਹੈ ਕਿ ਪੰਜ ਉਂਗਲਾ ਬਰਾਬਰ ਨਹੀਂ ਸੀ, ਨਾ ਉਹਨਾਂ ਧਿਰਾਂ ਚ ਬਰਾਬਰ ਸੀ, ਖਾੜਕੂ ਧਿਰਾਂ ਚ, ਨਾ ਪੁਲਿਸ ਵਾਲਿਆਂ ਚ ਬਰਾਬਰ ਸੀ, ਉਹ ਇਹ ਗੱਲ ਨੂੰ ਮੰਨਣਾ ਚਾਹੀਦਾ ਫਰਾਕ ਦਿਲੀ ਨਾਲ, ਪਰ ਅਜੇ ਤੱਕ ਮੰਨ ਨਹੀਂ ਰਹੇ। ਠੀਕ ਹੈ, ਸੋ ਤੁਸੀਂ ਆਸਵੰਦ ਹੋ ਕਿ ਨਿਕਟ ਭਵਿੱਖ ਵਿੱਚ ਜਦੋਂ ਚਿੰਤਨ ਕਰਕੇ ਪੂਰਾ ਚਿੰਤਨ ਹੋ ਜਾਏਗਾ, ਤੁਸੀਂ ਜਿਵੇਂ ਦੱਸਿਆ ਪੰਥਕ ਸਰਕਾਰ ਵਾਪਸ ਆ ਜਾਏਗੀ ਆਪਣੀ ਸੀਟ 'ਤੇ, ਉਹ ਚਿੰਤਨ ਦੇ ਬਾਅਦ ਤੁਹਾਨੂੰ ਆਸ ਹੈ ਕਿ ਉਹ ਕੋਈ ਨਾ ਕੋਈ ਰਾਹ ਲੱਭ ਕੇ ਇਸ ਨੂੰ ਪੂਰਾ ਕੀਤਾ ਜਾ ਸਕੇਗਾ ਔਰ ਇਹ ਫਿਲਮ ਰਿਲੀਜ਼ ਹੋ ਜਾਏਗੀ? ਹਾਂਜੀ, ਮੈਨੂੰ ਉਮੀਦ ਤਾਂ ਹੈ ਜੀ ਪੂਰੀ, ਅਜੇ ਵੀ ਸਾਨੂੰ ਹੋਪ ਹੈ ਕਿ ਸਰਕਾਰ ਜੇ ਇਹਨੂੰ ਥੋੜੀ ਜਿਹੀ ਫਰਾਕ ਦਿਲੀ ਦੇ ਨਾਲ ਦੇਖੇ ਜੀ, ਐਂਡ ਤੰਗ ਦਿਲ ਨਜ਼ਰੀਆ ਨਾ ਰੱਖੇ, ਅਫਸਰਾਂ ਦੇ ਪੁਆਇੰਟ ਆਫ ਵਿਊ ਤੋਂ ਨਾ ਦੇਖੇ, ਆਪਣੇ ਪੁਆਇੰਟ ਆਫ ਵਿਊ ਤੋਂ ਦੇਖੇ, ਨੋਰਮਲ ਬੁੱਧੀਜੀਵੀਆਂ ਦੇ ਜਾਂ ਇੰਟਲੈਕਚੁਅਲਸ ਦੇ ਜਾਂ ਪੱਤਰਕਾਰਾਂ ਦੇ ਜਾਂ ਫਿਲਮ ਮੇਕਰਸ ਦੀ ਇੱਕ 4-5 ਮੈਂਬਰਾਂ ਦੀ ਕਮੇਟੀ ਬਣਾ ਕੇ ਦੇਖ ਕੇ ਤੁਰੰਤ ਫੈਸਲਾ ਲਵੇ, ਤਾਂ ਮੈਨੂੰ ਲੱਗਦਾ ਇਹਦਾ ਪੋਜ਼ਿਟਿਵ ਰਿਜ਼ਲਟ ਆ ਸਕਦਾ ਹੈ, ਕਿਉਂਕਿ ਅਸੀਂ ਬਿਲਕੁਲ ਜੋ ਕੰਮ ਕੀਤਾ ਕਾਨੂੰਨ ਦੇ ਵਿੱਚ ਰਹਿ ਕੇ, ਦਾਇਰੇ ਵਿੱਚ ਰਹਿ ਕੇ ਅਸੀਂ ਆਪਣੀ ਗੱਲ ਕੀਤੀ ਹੈ। ਠੀਕ ਹੈ, ਸੋ ਅਖੀਰਲਾ ਤੁਸੀਂ ਗੈਟ ਪੰਜਾਬੀ ਦੇ ਰਾਹੀਂ ਅਮਰੀਕਾ ਔਰ ਕੈਨੇਡਾ ਦੇ ਦਰਸ਼ਕਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਆਪਣੇ ਵੱਲੋਂ? ਹਾਂਜੀ, ਮੈਂ ਗੈਟ ਪੰਜਾਬੀ ਦੇ ਦਰਸ਼ਕਾਂ ਨੂੰ ਇਹੀ ਸੁਨੇਹਾ ਦੇਣਾ ਚਾਹੂੰਗਾ ਕਿ ਜਿੰਨਾ ਕੁ ਉਹਨਾਂ ਨੇ ਉਤਸ਼ਾਹ ਸਾਡਾ ਹੱਕ ਫਿਲਮ ਨੂੰ ਦਿਖਾਇਆ,
ਉਹ ਬੜਾ ਇਨਕਰੇਜਿੰਗ ਹੈ ਸਾਡੇ ਲਈ। ਇੱਕ ਹੀ ਚੀਜ਼ ਸੀ ਜਿਹਨੇ, ਜਿਹਨੂੰ ਕਹਿੰਦੇ ਆ ਕਿ ਸੰਜੀਵਨੀ ਬੂਟੀ ਦਾ ਕੰਮ ਕੀਤਾ, ਉਹ ਇਹੀ ਸੀ ਕਿ ਜੋ ਸਾਨੂੰ ਵਿਦੇਸ਼ਾਂ ਵਿੱਚ ਸੰਗਤ ਨੇ, ਆਮ ਜਨਤਾ ਨੇ ਰਿਸਪੌਂਸ ਦਿੱਤਾ ਇਸ ਫਿਲਮ ਨੂੰ, ਐਂਡ ਜਿਹੋ ਜਿਹੇ ਰਿਵਿਊਜ਼ ਆ ਰਹੇ ਨੇ, ਜਿਹੋ ਜਿਹੇ ਉਹਨਾਂ ਦੇ ਵਿਚਾਰ ਸਾਡੇ ਤੱਕ ਪਹੁੰਚ ਰਹੇ ਨੇ, ਸੋ ਉਹ ਬਹੁਤ ਇਨਕਰੇਜਿੰਗ ਹੈ। ਇਸ ਵੇਲੇ ਜਿਹੜੀ ਅਸੀਂ ਇੱਥੇ ਬਿਪਤਾ ਸਾਡੇ ਤੇ ਪਈ ਹੋਈ ਹੈ ਪੂਰੀ ਟੀਮ ਤੇ, ਅਸੀਂ ਇੱਥੇ ਲੜਾਈ ਲੜ ਰਹੇ ਹਾਂ ਕਿ ਕਿਸੇ ਤਰੀਕੇ ਦੇ ਨਾਲ ਫਿਲਮ ਨੂੰ ਰਿਲੀਜ਼ ਕਰਵਾਇਆ ਜਾਵੇ, ਉੱਥੋਂ ਚੰਗੀਆਂ ਖਬਰਾਂ ਆਉਂਦੀਆਂ ਨੇ ਜਿਹਦੇ ਕਰਕੇ ਸਾਡੇ ਹੌਸਲੇ ਜਿਹੜੇ ਆ ਬੁਲੰਦ ਰਹਿੰਦੇ ਨੇ। ਸੋ ਇਸੇ ਤਰ੍ਹਾਂ ਹੀ ਇਸ ਫਿਲਮ ਨੂੰ ਜਿੱਦਾਂ ਨੇ ਇੱਕ ਇੱਕ ਵਾਰੀ ਦੇਖ ਲਿਆ, ਮੈਂ ਕਹੂੰਗਾ ਦੂਜੀ ਵਾਰ ਦੁਬਾਰਾ ਦੇਖੋ, ਇਹ ਬਹੁਤ ਇੱਕ ਹਿਸਟੋਰੀਕਲ ਚੈਪਟਰ ਹੈ ਇਸ ਫਿਲਮ ਦੇ ਵਿੱਚ। ਠੀਕ, ਇਹੀ ਅਪੀਲ ਹੈ ਕਿ ਇਹਨੂੰ ਵੱਧ ਤੋਂ ਵੱਧ ਕਾਮਯਾਬ ਕਰੋ ਇਸ ਫਿਲਮ ਨੂੰ। ਠੀਕ ਹੈ ਕੁਲਜਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਲਈ, ਔਰ ਫਿਲਮ ਦੀ ਜਾਣ ਪਛਾਣ ਤੁਸੀਂ ਕਰਾਈ ਔਰ ਕਈ ਜਿਹੜੇ ਭੁਲੇਖੇ, ਔਰ ਸਾਨੂੰ ਵੀ ਆਸ ਹੈ ਕਿ ਜਿਹੜੀ ਗੱਲ ਮੈਂ ਅੱਗੇ ਵੀ ਉਸ ਦਿਨ ਨਵਕਿਰਨ ਸਿੰਘ ਜੀ ਨੂੰ ਵੀ ਕਹਿ ਰਿਹਾ ਸੀ ਕਿ ਭਾਰਤ ਵਿੱਚ ਫਰੀਡਮ ਆਫ ਸਪੀਚ ਹੈ, ਪਰ ਇਸ ਨੂੰ ਫਰੀਡਮ ਆਫਟਰ ਸਪੀਚ ਵੀ ਦਿੱਤੀ ਜਾਏ ਤਾਂ ਇਹ ਸਾਰਥਕ ਹੋਏਗੀ, ਕਹੀ ਹੋਈ ਗੱਲ ਨੂੰ ਜੇ ਅਮਲ 'ਚ ਲਿਆਂਦਾ ਜਾਏ। ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਧੰਨਵਾਦ ਪਿਆਰੇ ਦਰਸ਼ਕੋ, ਤੁਸੀਂ ਸਾਰੀ ਗੱਲਬਾਤ ਸੁਣੀ, ਤੁਸੀਂ ਆਪਣੇ ਵਿਚਾਰ ਜ਼ਰੂਰ ਸਾਨੂੰ ਦੇ ਸਕਦੇ ਹੋ 516-825-0006 ਜਾਂ 516-825-1118 'ਤੇ। ਇੱਕ ਵਕਫੇ ਦੇ ਬਾਅਦ, ਛੋਟੇ ਜਿਹੇ ਵਕਫੇ ਦੇ ਬਾਅਦ ਅਸੀਂ ਮੁੜ ਹਾਜ਼ਰ ਹੁੰਦੇ ਹਾਂ, ਤੁਸੀਂ ਲਾਈਨ 'ਤੇ ਬਣੇ ਰਹਿਣਾ, ਔਰ ਆਪਣੇ ਤੁਹਾਡੇ ਵਿਚਾਰ ਬਹੁਤ ਅਹਿਮ ਹੈ, ਕੀਮਤੀ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਮੈਂ ਜੀ ਸੁਖਦੀਪ ਸਿੰਘ ਬੋਲਦਾ ਜੀ, ਕੈਲੀਫੋਰਨੀਆ ਤੋਂ। ਜੀ ਭਾਈ ਸਾਹਿਬ, ਹੁਕਮ ਕਰੋ। ਹਾਂਜੀ, ਨੰਬਰ ਸਾਹਿਬ, ਮੈਂ ਜੀ ਗੱਲ ਕਰਨੀ ਸੀ ਆਪਣੇ ਮੂਵੀ ਸਾਡਾ ਹੱਕ ਬਾਰੇ। ਜ਼ਰੂਰ 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 ਦੱਸੋ। ਹਾਂਜੀ ਹਾਂਜੀ, ਮੈਂ ਜੀ ਇੱਥੇ ਨਾ ਇਹ ਮੂਵੀ ਐਕਚੁਲੀ ਇੱਥੇ ਕੈਲੀਫੋਰਨੀਆ ਦੇ ਵਿੱਚ ਆਪਣੇ USA ਦੇ ਵਿੱਚ ਮੇਰਾ ਦੋਸਤ ਆ ਇੱਕ ਹਰਸਿਮਰਨ, ਉਹਨਾਂ ਨਾਲ ਹੀ ਭਾਜੀ ਕੁਲਵਿੰਦਰ ਸਿੰਘ ਉਹਨਾਂ ਦੀ ਗੱਲ ਹੋਈ ਜੀ, ਤੇ ਅਸੀਂ ਇਹਦੇ ਰਾਈਟਸ ਬਾਏ ਕਰਕੇ ਇੱਥੇ ਰਿਲੀਜ਼ ਕੀਤੀ ਸੀ। ਤੁਹਾਨੂੰ ਦੱਸੀ ਗੱਲ, ਤੇ ਮੂਵੀ ਦੀ ਜਿੱਦਣ ਅਸੀਂ ਸਕਰੀਨ ਇਹਨੇ ਵੇਖੀ ਜੀ ਪਹਿਲੇ ਦਿਨ, ਇੱਥੇ ਬੇ ਏਰੀਆ ਦੇ ਵਿੱਚ ਕੋ 15 ਕੁ ਜਾਣਿਆਂ ਨੇ ਬੀ ਐਸ ਤੋਂ ਪਹਿਲਾਂ, ਦੇਖਣ ਤੋਂ ਪਹਿਲਾਂ ਜਦੋਂ ਦਿਨੇਸ਼ ਸੂਦ ਭਾਜੀ ਉਹਨੀ ਉਰੇ ਆਏ ਸੀ, ਬਲੀਵ ਕਰਿਓ ਵੀ ਰੂਮ ਦੇ ਵਿੱਚੋਂ ਨਿਕਲਦੀ ਸਾਰ ਹੀ ਸਾਰਿਆਂ ਦੀਆਂ ਅੱਖਾਂ ਨਮ ਤੇ ਜਾਣੀ ਕਾਲਜੇ ਠੰਡੇ ਹੋਏ ਪਏ ਸੀ, ਤੇ ਰੂਮ ਚੋਂ ਨਿਕਲਦੇ ਸਾਰ ਹੀ 12-15 ਬੰਦਿਆਂ ਨੇ ਇਸ ਗੱਲ ਦਾ ਪ੍ਰਣ ਲੈ ਲਿਆ ਸੀ ਵੀ ਇਹ ਮੂਵੀ ਜੋ ਮਰਜ਼ੀ ਹੋਵੇ ਕੋਲੋਂ ਪੈਸੇ ਪਾ ਕੇ ਲੋਕਾਂ ਦੇ ਘਰਾਂ 'ਚ ਜ਼ਰੂਰ ਪਹੁੰਚਣੀ ਚਾਹੀਦੀ ਹੈ। ਜੀ ਜੀ, ਬਹੁਤ ਬਿਲਕੁਲ। ਭਾਜੀ ਦੂਸਰੀ ਗੱਲ, ਜਿਹੜੀ ਗੱਲ ਹੈ ਨਾ ਵੀ ਹੁਣ ਇੰਡੀਆ ਦੀ ਬੈਨ ਲਾਉਣ ਵਾਲੀ ਜਿਹੜੀ ਗੱਲ ਚੱਲੀ ਆ, ਭਾਜੀ ਦੇਖੋ ਮੇਰੀ ਗੱਲ ਸੁਣੋ, ਹੁਣ ਇੰਡੀਆ ਅੱਜ ਕੱਲ੍ਹ ਬਹੁਤ ਦਾਵਾ ਕਰਦਾ, ਪੰਜਾਬ ਵੀ ਆਪਣੇ ਸੋਰੀ ਭਾਰਤ ਇੱਕ ਬਹੁਤ ਵੱਡਾ ਜਮਹੂਰੀਅਤ ਕੰਟਰੀ ਆ, ਦੇਸ਼ ਆ। ਦੇਖੋ ਇਹ ਹੋਰ ਸਾਰੀਆਂ ਗੱਲਾਂ ਬਾਹਰਲੀਆਂ ਦੂਸਰੇ ਕੰਟਰੀਆਂ ਵਾਂਗੂੰ ਗਾਹ ਵਧੂ ਕੰਟਰੀਆਂ ਵਾਂਗੂੰ ਸਾਰੀਆਂ ਅਡੋਪਟ ਕਰ ਰਹੇ ਨੇ ਜੀ, ਪਰ ਜਿਹੜੀ ਲੋਕਾਂ ਦੀ ਸੱਚ ਦੀ ਆਵਾਜ਼ ਵਾਲੀ ਗੱਲ ਆ ਜੀ ਜੀ, ਇਸ ਕੰਟਰੀ ਦੇ ਵਿੱਚ ਤੁਸੀਂ ਆਪਾਂ ਅਮਰੀਕਾ ਬੈਠੇ ਗੱਲ ਕਰ ਰਹੇ ਹਾਂ ਜੀ, ਇੱਥੇ ਤੁਸੀਂ US ਗਵਰਨਮੈਂਟ ਦਾ ਵਿਰੋਧ, ਪ੍ਰੈਜ਼ੀਡੈਂਟ ਗਵਰਨਮੈਂਟ ਦਾ ਕਰ ਸਕਦੇ ਹੋ, ਕਿਸੇ ਵੀ ਐਕਟੀਵਿਟੀ ਦਾ, ਕਿਸੇ ਵੀ ਪੈਸ ਦਾ, ਤੁਹਾਨੂੰ ਹਰ ਇੱਕ ਦਾ ਤਰੀਕਾ ਵਾ, ਤੁਹਾਨੂੰ ਪ੍ਰੋਵਾਈਡ ਕਰਦੇ ਆ ਉਸ ਕਿਸਮ ਦਾ ਵਿਰੋਧ ਕਰਨ ਦਾ, ਪ੍ਰੋਟੈਸਟ ਕਰਨ ਦਾ, ਤੁਹਾਨੂੰ ਸਾਰਾ ਇਹ ਪ੍ਰਬੰਧ ਕਰਕੇ ਦਿੰਦੇ ਆ। ਠੀਕ ਹੈ, ਤੇ ਜੇ ਹੁਣ ਇੰਡੀਆ ਨੇ ਹੋਰ ਸਾਰੀਆਂ ਗੱਲਾਂ ਦੇ ਦਾਅਵੇ ਕਰਨੇ ਨੇ, ਤੇ ਫਿਰ ਇਹ ਜਿਹੜੀ ਜਿਹੜੀ ਇਮਾਨਦਾਰੀ ਵਾਲੀ ਸੋਚ ਆ, ਇਹਦੇ ਮਾਪਦੰਡ ਇੰਡੀਆ ਨੇ ਕਦੋਂ ਅਪਣਾਉਣੇ ਆ ਬਾਕੀ ਕੰਟਰੀਆਂ ਵਾਲੇ? ਜੀ ਬਿਲਕੁਲ, ਤੁਸੀਂ ਸਹੀ ਕਹਿ ਰਹੇ ਹੋ ਕਿ ਇਹ ਜਦੋਂ ਸਮਾਂ ਆਏਗਾ, ਸਰਕਾਰ ਹਰ ਚੀਜ਼ ਦੀ ਇਜਾਜ਼ਤ ਦਿੰਦੀ ਹੈ ਜਿੰਨੀ ਦੇਰ ਤੱਕ ਉਹਨਾਂ ਦੇ ਵਿਰੋਧ ਵਿੱਚ ਨਾ ਹੋਏ, ਸਮਾਂ ਆਏਗਾ, ਕਾਫੀ ਤਬਦੀਲੀ ਆ ਰਹੀ ਹੈ।
ਹੈਲੋ ਹੈਲੋ ਹਾਂਜੀ ਨਮਸਕਾਰ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਸਤਿ ਸ਼੍ਰੀ ਅਕਾਲ ਜੀ, ਮੈਂ ਬਾਬੂ ਸਿੰਘ ਬੋਲ ਰਿਹਾ ਨਿਊਯਾਰਕ ਜੀ। ਬਾਬੂ ਸਿੰਘ ਜੀ ਜੀ ਆਇਆਂ ਨੂੰ, ਤੁਹਾਨੂੰ ਬਹੁਤ ਦੇਰ ਇੰਤਜ਼ਾਰ ਕਰਾਈ। ਹਾਂਜੀ, ਕੋਈ ਗੱਲ ਨਹੀਂ ਲਾਵਾ ਸਾਹਿਬ ਜੀ, ਮੈਂ ਇਸ ਕਾਲ ਵਾਸਤੇ ਜਿੰਨੀ ਦੇਰ ਕਹੋਗੇ ਹੋਰ ਵੇਟ ਕਰ ਲਾਂਗਾ। ਨਹੀਂ 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 ਜੀ, ਅਸੀਂ ਗੁਸਤਾਖੀ ਨਹੀਂ ਕਰ ਸਕਦੇ, ਤੁਸੀਂ ਹੁਕਮ ਕਰੋ। ਹਾਂਜੀ, ਦੇਖੋ ਜੀ, ਕੁਲਜਿੰਦਰ ਨੂੰ ਮੇਰਾ ਇੱਕ ਮੈਸੇਜ ਦੇ ਦਿਓ, ਜਾ ਰਿਹਾ ਹੈ। ਉਹਨੂੰ ਕਹੋ ਇਸ ਤਰ੍ਹਾਂ ਦੀਆਂ 1000 ਮੂਵੀਆਂ ਬਣਾਏ, ਪੂਰੀ ਕੌਮ ਉਸਦੇ ਨਾਲ ਹੈ। ਜੀ ਜੀ, ਲਾਵਾ ਸਾਹਿਬ ਇਹ ਡਰਦੇ ਨੇ, ਇਹ ਡਰਦੇ ਨੇ, ਇਹ ਸੱਚ ਤੋਂ ਡਰਦੇ ਨੇ। ਜੀ ਜੀ, ਇਹ ਉਸ ਹੱਥ ਦੇ ਮੁੱਕੇ ਤੋਂ ਡਰਦੇ ਨੇ। ਜੀ ਜੀ, ਇਹ ਕਰੇ ਤੋਂ ਡਰਦੇ ਨੇ, ਇਹ ਬੇਈਮਾਨ ਨੇ, ਇਹ ਅੱਜ ਵੀ ਬੇਈਮਾਨ ਨੇ। ਜੀ, ਇਹਨਾਂ ਨੇ ਸਿੱਖਾਂ ਨੂੰ ਵਰਤਿਆ, ਜੀ ਸਿੱਖਾਂ ਨੂੰ ਮਰਵਾਇਆ ਇਹਨਾਂ ਨੇ। ਸਦਾ ਬਾਜ ਨੇ, ਸੋਗੇ ਬਾਜ ਨੇ, ਇਹਨਾਂ ਨੂੰ ਸੱਚਾਈ ਤੋਂ ਡਰ ਲੱਗਦਾ ਲਾਂਬਾ ਸਾਹਿਬ, ਇਹ ਬੇਈਮਾਨ ਜੇ। ਚਲੋ, ਤੇ ਅਸੀਂ ਸੱਚ ਕਹਿ ਕੇ ਦੁਨੀਆਂ ਨੂੰ ਦੱਸ ਕੇ ਰਹਿਣਾ, ਠੀਕ ਹੈ। ਬਹੁਤ ਤੁਹਾਡੇ ਜਿਹੜੇ ਵਿਚਾਰ ਹੈ, ਤੁਹਾਡੀ ਭਾਵਨਾ ਹੈ, ਉਹ ਲਫਜ਼ਾਂ ਦੀ ਲੱਗਦਾ ਲਫਜ਼ ਥੋੜੇ ਪੈ ਗਏ, ਜਿਹੜੀ ਤੁਹਾਡੀ ਭਾਵਨਾ ਹੈ, ਬਹੁਤ ਬਹੁਤ ਧੰਨਵਾਦ। ਹੈਲੋ ਹੈਲੋ, ਹਾਂਜੀ ਨੰਬਰ ਸਾਹਿਬ, ਮੈਂ ਅੰਕਾਰ ਸਿੰਘ ਗਰੇਵਾਲ ਬੋਲ ਰਿਹਾ ਜੀ, ਬੈਥਲ ਟਾਊਨਸ਼ਿਪ ਪੈਨਸਿਲਵੇਨੀਆ ਤੋਂ। ਜੀ ਗਰੇਵਾਲ ਸਾਹਿਬ ਜੀ, ਆਇਆਂ ਨੂੰ ਤੁਸੀਂ ਸ਼ਾਇਦ ਇਸਨੂੰ ਯਾਦ ਹੋਇਆ ਕਿ ਆਪਾਂ ਇੱਕ ਵਾਰ ਮਿਲੇ ਸੀਗੇ, ਤੁਸੀਂ ਸਾਡੇ ਗੁਰੂਘਰ ਵੀ ਆਏ ਸੀਗੇ। ਜੀ ਜੀ ਜੀ, ਮੈਨੂੰ ਚਲੋ ਮੈਂ ਕੋਸ਼ਿਸ਼ ਕਰਾਂਗਾ, ਦਿਮਾਗ ਤੇ ਜ਼ੋਰ ਲਾਵਾਂ। ਜੀ ਜੀ, ਹੁਕਮ ਕਰੋ। ਮੈਂ ਇਸ ਮੂਵੀ ਬਾਰੇ ਗੱਲ ਕਰ ਰਿਹਾ ਸੀਗਾ ਜੀ, ਜਿੱਥੇ ਗਵਰਨਮੈਂਟ ਨੇ ਇਹ ਗੱਲ ਮੰਨੀ ਹੈ ਕਿ ਇਹ ਸਭ ਜਾਤੀਆਂ ਹੋਈਆਂ ਨੇ, ਕੋਰਟਸ ਵਿੱਚ ਵੀ ਇਹ ਕੇਸ ਚੱਲੇ ਨੇ, ਔਰ ਇਹ ਸਾਰੀਆਂ ਗੱਲਾਂ ਸਾਬਤ ਹੋ ਗਈਆਂ ਨੇ ਕਿ ਸਿੱਖਾਂ ਦੇ ਨਾਲ ਜਾਤੀਆਂ ਹੋਈਆਂ ਨੇ ਜੀ, ਤੇ ਇਹ ਜਦੋਂ ਇਹ ਸਭ ਕੁਛ ਇੱਕ ਡਾਕੂਮੈਂਟਡ ਚੀਜ਼ਾਂ ਹੈਗੀਆਂ, ਜੇ ਇਸ ਨੂੰ ਇੱਕ ਬੜੇ ਪਰਦੇ ਤੇ ਕੁਛ ਲੋਕ ਪ੍ਰੋਡਿਊਸਰ ਜਾਂ ਡਾਇਰੈਕਟਰ ਉਹ ਲਿਆਉਣਾ ਚਾਹੁੰਦੇ ਨੇ, ਤੇ ਮੈਨੂੰ ਕਦੇ ਸਮਝ ਨਹੀਂ ਆ ਰਹੀ ਕਿ ਇਹਦੇ ਵਿੱਚ ਜਦੋਂ ਸੈਂਸਰ ਬੋਰਡ ਨੇ ਵੀ ਇਹ ਮੂਵੀ ਪਾਸ ਕਰਤੀ ਹੈ, ਤੇ ਜਿਹੜੀ ਪੰਥਕ ਆਪਣੇ ਆਪ ਨੂੰ ਕਹਿਣ ਵਾਲੀ ਸਰਕਾਰ ਹੈ ਉਹ ਇਸ ਮੂਵੀ ਤੇ ਪਾਬੰਦੀ ਲਗਾ ਰਹੀ ਹੈ, ਔਰ ਦੂਸਰੇ ਪਾਸੇ ਜਿਹੜੇ ਅਕਾਲ ਤਖ਼ਤ ਸਾਹਿਬ ਜਥੇਦਾਰ ਨੇ ਔਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਮੱਕੜ ਸਾਹਿਬ, ਜਿਸ ਤਰੀਕੇ ਦੇ ਨਾਲ ਉਹ ਗੈਰ ਜ਼ਿੰਮੇਦਾਰਾਂ ਬਿਆਨ ਦੇ ਰਹੇ ਨੇ, ਤੇ ਉਹ ਤੁਸੀਂ ਨਹੀਂ ਸਮਝਦੇ ਕਿ ਇਹ ਕਿਸੇ ਤਰੀਕੇ ਦੇ ਨਾਲ ਇੱਕ ਨਟ ਇੱਕ ਇਹ ਪੰਥਕ ਮਾਮਲਾ ਹੈਗਾ, ਤੇ ਇਹਦੇ ਵਿੱਚ ਸਾਨੂੰ ਸਾਰੇ ਸਿੱਖਾਂ ਨੂੰ ਇਸ ਗੱਲ ਦੀ ਮੇਕ ਸ਼ੋਰ ਕਰਨਾ ਚਾਹੀਦਾ ਹੈ ਕਿ ਜਿਹੜੀ ਹਿਸਟਰੀ ਆ ਉਸ ਟਾਈਮ ਜੋ ਕੁਛ ਵੀ ਹੋਇਆ ਉਹ ਲੋਕਾਂ ਦੇ ਸਾਹਮਣੇ ਇੱਕ ਜਵਾਬ ਦੇ ਦਿਆਂ। ਗੱਲ ਇਹ ਹੈਗੀ ਤੁਹਾਡੀ ਬਿਲਕੁਲ ਸਹੀ ਹੈ ਕਿ ਦੇਖੋ ਜ਼ਰੂਰ ਸੱਚ ਤੇ ਹੈ, ਸੱਚ ਤੇ ਹੋਏਗੀ, ਤੱਥਾਂ ਤੇ ਹੋਏਗੀ, ਮੈਂ ਵੇਖੀ ਨਹੀਂ, ਪਰ ਦੂਸਰੀ ਗੱਲ ਇਹ ਹੈ ਕਿਉਂਕਿ ਜੋ ਕੁਛ ਹੋਇਆ ਹੈ ਸਰਕਾਰ ਦਾ ਬਾਰ ਬਾਰ ਬਿਆਨ ਹੈ ਕਿ ਉਸ ਨੂੰ ਭੁੱਲ ਜਾਓ, ਉਸ ਨੂੰ ਭੁਲਾ ਦਿਓ, ਉਹਨਾਂ ਦੀ ਕੋਸ਼ਿਸ਼ ਇਹ ਹੈ ਕਿ ਤੁਸੀਂ ਇਸ ਨੂੰ ਭੁਲਾ ਦਈਏ, ਉਹ ਕੋਸ਼ਿਸ਼ ਕਿੱਥੇ ਤੱਕ ਕਾਮਯਾਬ ਹੁੰਦੀ ਹੈ ਇਹ ਸਮਾਂ ਦੱਸੇਗਾ। ਹੈਲੋ 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 ਹੈਲੋ, ਹਾਂਜੀ ਕੌਣ ਬੋਲ ਰਹੇ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਜੀ? ਗੁਰਜਿੰਦਰ ਸਿੰਘ ਐਲਏ ਤੋਂ ਬੋਲਦਾ ਜੀ। ਜੀ ਭਾਈ ਸਾਹਿਬ ਜੀ, ਗੁਰਜਿੰਦਰ ਸਿੰਘ ਜੀ ਹੁਕਮ ਕਰੋ। ਇਹੋ ਬੇਨਤੀ ਕਰਨੀ ਚਾਹੁੰਦਾ ਸੀਗਾ ਕਿ ਜੋ ਇਸ ਫਿਲਮ ਦੇ ਉੱਤੇ ਬੈਨ ਲਾਇਆ ਗਿਆ, ਪਹਿਲੀ ਗੱਲ ਤੇ ਸੁਪਰੀਮ ਕੋਰਟ ਦੀ ਵਰਡਿਕਟ ਵੀ ਆ ਕਿ ਭਾਵੇਂ ਮੈਂ ਕੋਈ ਐਕਸਟ੍ਰੀਮ
ਮੰਗ, ਮੰਨ ਲਓ ਮੈਂ ਖਾਲਿਸਤਾਨ ਦੀ ਮੰਗ ਵੀ ਕਰਦਾ ਹਾਂਜੀ ਸ਼ਾਂਤੀਪੂਰਨ ਤਰੀਕੇ ਦੇ ਨਾਲ, ਤਾਂ ਵੀ ਮੇਰੇ ਉੱਤੇ ਕੋਈ ਰੋਕ ਨਹੀਂ ਲੱਗ ਸਕਦੀ ਜੀ ਜੀ, ਕਿ ਇਹੋ ਰਾਈਟ ਆਫ ਜੋ ਐਕਸਪ੍ਰੈਸ਼ਨ, ਫਰੀਡਮ ਆਫ ਜੋ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਦਾ ਆਗਿਆ ਇੱਕ ਜਮਹੂਰੀਅਤ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ, ਉਹਦੇ ਉੱਤੇ ਸਾਡੀ ਸੋ ਕਾਲਡ ਪੰਥਕ ਸਰਕਾਰ ਨੇ ਇੱਕ ਬਹੁਤ ਛਾਪਾ ਮਾਰਿਆ, ਬਿਲਕੁਲ ਜੀ ਬਿਲਕੁਲ। ਸੋ ਉਹਦਾ ਮੈਂ ਤੁਹਾਨੂੰ ਦੱਸਦੇ ਹਾਂ, ਬੇਨਤੀ ਹੈ ਕਿ ਦੇਖੋ ਇਹ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ, ਸੁਪਰੀਮ ਕੋਰਟ ਨੇ ਵੀ ਕਿਹਾ, ਭਾਰਤ ਦਾ ਸੰਵਿਧਾਨ ਵੀ ਕਹਿੰਦਾ ਹੈ ਕਿ ਹਰ ਕਿਸੇ ਨੂੰ ਬੋਲਣ ਦੀ, ਲਿਖਣ ਦੀ, ਪ੍ਰਚਾਰਨ ਦੀ, ਪ੍ਰਸਾਰਨ ਦੀ ਆਜ਼ਾਦੀ ਹੈ, ਪਰ ਉਹਦੇ ਨਾਲ ਇੱਕ ਬੜਾ ਵੱਡਾ ਇਫ ਲੱਗਾ ਹੋਇਆ, ਜਿਹੜਾ ਇਫ ਹੈ ਪ੍ਰੋਵਾਈਡਡ ਕਿ ਲਾਅ ਐਂਡ ਆਰਡਰ ਦੀ ਕੋਈ ਪ੍ਰੋਬਲਮ ਨਾ ਹੋਏ। ਹੁਣ ਜਿਹੜੀ ਪਾਬੰਦੀ ਲਗਾਈ ਗਈ ਹੈ ਉਹਨਾਂ ਨੇ ਬੋਲਣ ਦੀ ਪਾਬੰਦੀ ਤਾਂ ਨਹੀਂ ਕਹੀ, ਉਹਨਾਂ ਨੇ ਕਿਹਾ ਕਿ ਇਹਦੇ ਨਾਲ ਲਾਅ ਐਂਡ ਆਰਡਰ ਦੀ ਪ੍ਰੋਬਲਮ ਆ ਸਕਦੀ ਸੀ। ਹੈਲੋ, ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਮੈਂ ਕੁਲਵਿੰਦਰ ਬੋਲ ਰਹੀ ਹਾਂ ਜੀ। ਜੀ ਭੈਣ ਜੀ, ਦੱਸੋ ਕਿੱਥੋਂ ਬੋਲ ਰਹੇ ਹੋ? ਮੈਂ ਕੈਲੀਫੋਰਨੀਆ ਤੋਂ ਬੋਲ ਰਹੀ ਹਾਂ ਕੁਲਵਿੰਦਰ। ਹਾਂਜੀ ਕੁਲਵਿੰਦਰ ਜੀ, ਐਕਚੁਅਲੀ ਮੈਂ ਤੁਹਾਨੂੰ ਸਾਡਾ ਹੱਕ ਬਾਰੇ ਗੱਲ ਕਰਨਾ ਚਾਹੁੰਦੀ ਸੀ। ਜ਼ਰੂਰ, ਹਾਂਜੀ। ਮੈਂ ਕਹਿਣਾ ਚਾਹੁੰਦੀ ਜਿਹੜੇ ਜੇ ਸੱਚ ਨੂੰ ਜਾਣਨ ਵਾਸਤੇ ਦੋਨੋਂ ਸਾਈਡਾਂ ਤੁਸੀਂ ਇੱਕ ਪਾਸੇ ਪਹਿਲਾਂ ਸੁਣਦੇ ਸੀ, ਰਾਈਟ? ਜੀ ਜੀ ਜੀ। ਸੋ 25 ਸਾਲ ਲੱਗ ਗਏ ਉਸ ਚੀਜ਼ ਨੂੰ ਅਸੀਂ ਦੋਨੋਂ ਸਾਈਡਾਂ ਨੂੰ ਸੁਣਨ ਵਾਸਤੇ, ਜੇ ਹੁਣ ਰਿਜ਼ਲਟ ਤੇ ਪਹੁੰਚੇ ਆ ਤੇ ਹੁਣ ਕਿਉਂ ਬੈਨ ਲਾ ਰਿਹਾ? ਬਿਲਕੁਲ ਬਿਲਕੁਲ, ਉਹੀ ਗੱਲ ਇਹ ਹੈ ਕਿ ਉਹ ਜਿਹੜੇ ਜਿਹੜੀਆਂ ਨਾ ਇਨਸਾਫੀਆਂ ਦੀ ਗੱਲ ਕੀਤੀ ਗਈ ਹੈ ਇਸ ਫਿਲਮ ਦੇ ਉੱਤੇ, ਬੈਨ ਨੇ ਉਸ ਲਿਸਟ ਵਿੱਚ ਇੱਕ ਹੋਰ ਵਾਧਾ ਕਰ ਦਿੱਤਾ, ਇੱਕ ਸਟਾਰ ਹੋਰ ਲੱਗ ਗਿਆ। ਹੈਲੋ 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 ਹੈਲੋ, ਹਾਂਜੀ ਕੌਣ ਬੋਲ ਰਹੇ ਜੀ? ਮੈਂ ਬਲਵਿੰਦਰ ਸਿੰਘ ਬੋਲ ਰਿਹਾ ਜੀ। ਵੀਰ ਜੀ ਹੁਕਮ ਕਰੋ, ਬਲਵਿੰਦਰ ਸਿੰਘ ਜੀ ਕੀ ਆਦੇਸ਼ ਹੈ? ਨਾਨਕ ਨਾਮ ਜਹਾਜ ਜੀ ਜੀ, ਤੇ ਪਿੰਡਾਂ ਦੇ ਵਿਚੋਂ ਟਰਾਲੀਆਂ ਦੀਆਂ ਟਰਾਲੀਆਂ ਲੋਕੀ ਹਾਂਜੀ ਹਾਂਜੀ ਗਏ ਸੀ ਤੇ ਵੇਖਣ ਗਏ ਸੀ ਜੀ ਜੀ, ਤੇ ਨਾ ਤੇ ਜਿੰਨੇ ਮੂਵੀ ਬਣਾਈ ਸੀ ਉਹਦੇ ਤੇ ਕਿਸੇ ਸਿੱਖੀ ਦਾ ਕੋਈ ਅਸਰ ਹੋਇਆ, ਨਾ ਕੋਈ ਪ੍ਰਿਥਵੀਰਾਜ ਕਪੂਰ ਨੇ ਸਿੱਖੀ ਡਾਊਟ ਕੀਤੀ ਤੇ ਨਾ ਹੀ ਵੇਖਣ ਵਾਲਿਆਂ ਨੇ। ਚਲੋ, ਸੋ ਤੁਹਾਡਾ ਮਤਲਬ ਇਹਦਾ ਕੋਈ ਬਹੁਤਾ ਅਸਰ ਨਹੀਂ ਪੈਣਾ? ਮਤਲਬ ਜਿਹੜਾ ਉਹਨਾਂ ਬੈਨ ਲਾਇਆ ਨਾ, ਹਾਂਜੀ, ਉਲਟਾ ਮਤਲਬ ਥੋੜਾ ਜਿਹਾ ਲੋਕਾਂ ਨੂੰ ਹੋਰ ਐਕਸਾਈਟ ਕਰ ਰਿਹਾ ਵੀ ਇਹਦੇ ਜੇ ਮੂਵੀਆਂ ਵੇਖ ਕੇ ਮਤਲਬ ਪਸਾਦ ਹੁੰਦੇ ਹੁੰਦੇ ਨਾ ਜੇ ਡਾਕਟਰ ਸਾਹਿਬ। ਤੁਹਾਡੇ ਵਿਚਾਰ ਬਹੁਤ ਕੀਮਤੀ ਹੈ, ਗੁਸਤਾਖੀ ਮਾਫ, ਅਸੀਂ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਅਤੇ ਸਾਨੂੰ ਪ੍ਰੋਗਰਾਮ ਇੱਥੇ ਸਮਾਪਤ ਕਰਨਾ ਪੈਣਾ, ਪਰ ਤੁਹਾਡੇ ਇਸ ਦੇ ਪ੍ਰਤੀ, ਇਸ ਪ੍ਰੋਗਰਾਮ ਨੂੰ ਦਿੱਤੇ ਹੋਏ ਜੋ ਤੁਹਾਡੀ ਵਿਚਾਰ ਹਨ, ਅਸੀਂ ਕੋਸ਼ਿਸ਼ ਕਰਾਂਗੇ ਵਿਸਥਾਰ ਸਹਿਤ ਇੱਕ ਵਾਰੀ ਹੋਰ ਤੁਹਾਡੇ ਵਿਚਾਰ ਲਵਾਂਗੇ, ਔਰ ਤੁਹਾਡੀਆਂ ਕਾਲਸ ਵੀ ਅਸੀਂ ਇੱਕ ਕਾਲ ਲੈ ਕੇ ਅਸੀਂ ਸਮਾਪਤ ਕਰਾਂਗੇ, ਅਖੀਰਲੀ ਕਾਲ ਲੈ ਕੇ। ਹੈਲੋ ਬਾਕੀ ਸਾਰੇ ਸਾਧ ਸੰਗਤ ਨੇ ਕਿਹਾ
ਤੇ ਲੋਕਾਂ ਨੇ ਕਿਹਾ ਵੀ ਸਿਰਫ ਇਹਨਾਂ ਕੁਛ ਲੋਕਾਂ ਨੂੰ ਆਪਣਾ ਅੰਦਰ ਦਾ ਡਰ ਹੀ ਖਾ ਰਿਹਾ। ਹਾਂਜੀ ਬਸ ਇਹੀ ਗੱਲ ਹੈ ਜਿਹੜਾ ਡਰ ਖਾ ਰਿਹਾ, ਇਹੀ ਗੱਲ ਤੁਹਾਨੂੰ ਲੱਗਦੀ ਹੈ ਕਿ ਜਿਹੜੀ ਕਿ ਉਹਨਾਂ ਨੂੰ ਸ਼ਾਇਦ ਤੰਗ ਕਰ ਰਹੀ ਹੈ। ਹੈਲੋ ਹੈਲੋ ਹਾਂਜੀ ਮੈਂ ਗੁਮਨਾਮ ਬੋਲ ਰਿਹਾ ਜੀ। ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ, ਤੁਸੀਂ ਲੈ ਕੇ ਆਇਓ ਸੰਧੂ ਸਾਹਿਬ ਨੂੰ। ਤੇ ਮੈਂ ਕਹਿਣਾ ਚਾਹਾਂਗਾ ਮੂਵੀ ਦੇਖੀ ਹੈ ਤੇ ਮੈਨੂੰ ਤੇ ਬੜੀ ਪਸੰਦ ਆਈ ਹੈ। ਅਗਰ ਜੇ ਕੋਈ ਕਲਪਰੇਟ ਇਸ ਮੂਵੀ 'ਚ ਦੱਸਿਆ ਜਾਂਦਾ ਤੇ ਉਹ ਪੁਲਿਸ ਹੀ ਦੱਸੀ ਜਾ ਰਹੀ ਹੈ, ਬਾਕੀ ਮੈਜੋਰਿਟੀ ਕਮਿਊਨਿਟੀ ਨੂੰ ਇਸ ਮੂਵੀ ਤੋਂ ਕੋਈ ਡਰਨ ਦਾ ਠੀਕ ਹੈ। ਬਹੁਤ ਬਹੁਤ ਤੁਹਾਡਾ ਧੰਨਵਾਦ, ਕਿਉਂਕਿ ਸਮਾਂ ਹੁਣ ਬਿਲਕੁਲ ਇਜਾਜ਼ਤ ਨਹੀਂ ਦੇ ਰਿਹਾ। ਥੈਂਕ ਯੂ ਸਰ, ਸ਼ੁਕਰੀਆ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਈਮੇਲ ਜ਼ਰੂਰ ਕਰਨਾ lamba@getpunjabi.tv, ਔਰ ਇੱਕ ਪ੍ਰੋਗਰਾਮ ਹੋਰ ਲੈ ਕੇ ਹਾਜ਼ਰ ਹੋਵਾਂਗੇ। ਗੁਸਤਾਖੀ ਦੀ ਮੁਆਫ਼ੀ ਕਿ ਤੁਹਾਡੇ ਪੂਰੇ ਵਿਚਾਰ ਨਹੀਂ ਅਸੀਂ ਪ੍ਰਸਾਰਿਤ ਕਰ ਸਕੇ, ਪਰ ਕੋਸ਼ਿਸ਼ ਕਰਾਂਗੇ ਇਸ ਸਿਲਸਿਲੇ ਨੂੰ ਅੱਗੇ ਵਧਾਵਾਂਗੇ ਔਰ ਇਸ ਦੇ ਬਾਰੇ ਹੋਰ ਦੱਸਦਿਆਂ ਹੋਇਆਂ ਆਪ ਤੱਕ ਗੱਲਬਾਤ ਕਰਾਂਗੇ। ਹੁਣ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।